ਦੀ ਗੱਲ ਹੈ। 1740 ਵਿੱਚ ਸਿੱਖ ਨਾਂ ਦੀ ਚੀਜ਼ ਪੰਜਾਬ 'ਚੋਂ ਲੱਭਣੀ ਔਖੀ ਹੋ ਗਈ। ਜ਼ਕਰੀਆ ਖਾਂ ਦਹਾੜਦਾ ਫਿਰਦਾ ਸੀ, ਦੇਖੋ ਮੈਂ ਉਹ ਸਿੱਖ ਖਤਮ ਕਰ ਦਿੱਤੇ, ਕੋਈ ਨਹੀਂ ਰਹਿਣ ਦਿੱਤਾ ਸਿਰ ਪਰ ਹੋਵੇ ਜਿਸ ਕੇ ਕੇਸ, ਰਹਿਣ ਨਾ ਦੇਵੋ ਆਪਣੇ ਦੇਸ਼, ਕੇਸਣ ਵਾਲੇ ਜੋ ਨਰ ਹੋਈ, ਬਾਲ ਬਿਰਧ ਲੱਭ ਛੱਡੋ ਨਾ ਕੋਈ। ਉਹ ਜੋ ਉਸ ਵੇਲੇ ਦਾ ਵਰਤਾਰਾ ਸੀ, ਉਸ ਵੇਲੇ ਬਹੁਤ ਸਾਰੇ ਸਿੰਘ ਬੀਕਾਨੇਰ ਦੇ ਜੰਗਲਾਂ ਨੂੰ ਚਲੇ ਗਏ। ਜਥੇਦਾਰ ਸ਼ਾਮ ਸਿੰਘ ਜੀ ਨਾਰਲੇ ਵਾਲੇ, ਜੋ ਭਾਈ ਰਤਨ ਸਿੰਘ ਦੇ ਨਾਨਾ ਜੀ ਹਨ, ਬੁੱਢੇ ਦਲ ਦੇ ਜਥੇਦਾਰ ਬਾਬਾ ਜੱਸਾ ਸਿੰਘ ਦੇ ਸੁਨਹਿਰੀਏ ਭਰਾ ਹੋਏ ਹੈ। ਸੁਨਹਿਰੀਏ ਭਰਾ ਦਾ ਮਤਲਬ ਹੁੰਦਾ ਵੀ ਇੱਕ ਟਾਈਮ ਇੱਕੋ ਬਾਟੇ 'ਚ ਅੰਮ੍ਰਿਤ ਛਕਣ ਵਾਲੇ ਨੂੰ ਸੁਨਹਿਰੀਆ ਕਹਿੰਦੇ ਆ। ਉਹਨਾਂ ਦਾ ਆਪਸ 'ਚ ਪ੍ਰੇਮ ਹੁੰਦਾ ਅਤੇ ਆਪਸ ਇੱਕੋ ਬਾਟੇ 'ਚ ਖਾ ਲੈਣ, ਉਹਨੂੰ ਵੀ ਸੁਨਹਿਰੀਆ ਕਹਿੰਦੇ। ਬਾਬਾ ਜੱਸਾ ਸਿੰਘ ਜੀ ਆਲੂ ਵਾਲੀਆ ਅਤੇ ਜਥੇਦਾਰ ਬਾਬਾ ਸ਼ਾਮ ਸਿੰਘ ਜੀ ਬੜੇ ਬਲੀ ਜਵਾਨ ਸਨ। ਬੁੱਢਾ ਸਿੰਘ ਜਰਨੈਲ, ਬਹੁਤ ਸਾਰੇ ਹੋਰ ਪੁਰਾਣੇ ਪੁਰਾਣੇ ਸਿੰਘ ਬੀਕਾਨੇਰ ਵੱਲ ਚਲੇ ਗਏ। ਸਰਦਾਰ ਮਹਿਤਾਬ ਸਿੰਘ ਜੀ ਮੀਰਾਂ ਕੋਟੀਆ ਵੀ ਉਦੋਂ ਬੀਕਾਨੇਰ ਰਾਜੇ ਕੋਲ ਜਾ ਰਹੇ, ਜੈਪੁਰ ਦੇ ਰਾਜੇ ਕੋਲ। ਜੈਪੁਰ, ਜੋਧਪੁਰ, ਬੀਕਾਨੇਰ, ਗੰਗਾਨਗਰ, ਚਿਤੌੜਗੜ੍ਹ, ਜੈਸਲਮੇਰ, ਇਹ ਰਾਜਸਥਾਨ ਦੇ ਹਿੰਦੂ ਰਾਜੇ ਜਿਨ੍ਹਾਂ ਕੋਲ ਜਾ ਕੇ ਸਿੰਘਾਂ ਨੇ ਟਾਈਮ ਗੁਜ਼ਾਰਿਆ, ਸਮਾਂ ਪਾਸ ਕੀਤਾ। ਬੜਾ ਔਖਾ ਸਮਾਂ ਸੀ ਉਸ ਵੇਲੇ। ਉਹ ਕਥਾ ਅੱਜ ਦੇ ਪ੍ਰਕਰਣਾਂ 'ਚ ਸਰਵਣ ਕਰੋ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਣੋ ਸੋ ਪੌਰਖ ਖਾਲਸੇ, ਜਿਮ ਥੋੜਨ ਬਹੁਤੇ ਜੀਤ। ਖਾਲਸੇ ਦੀ ਬਹਾਦਰੀ ਦੇ ਕਿੱਸੇ ਸੁਣੋ ਭਾਈ। ਥੋੜੇ ਸਿੰਘਾਂ ਨੇ, ਥੋੜੀ ਫੌਜ ਖਾਲਸੇ ਦੀ ਨੇ ਬਹੁਤਿਆਂ ਨਾਲ ਮੱਥਾ ਲਾਇਆ ਔਰ ਹਰ ਮੈਦਾਨ ਫਤਿਹ ਪ੍ਰਾਪਤ ਕੀਤੀ ਹੈ। ਅਮਰੇ ਦਾਦੇ ਥੋਕਿਓ ਮਰਨ ਧਰਮ ਧਰ ਚੀਤ। ਭਾਈ ਰਤਨ ਸਿੰਘ ਜੀ ਕਹਿੰਦੇ ਸਾਡਾ ਦਾਦਾ ਸੀ ਮਹਿਤਾਬ ਸਿੰਘ ਮੀਰਾਂ ਕੋਟੀਆ, ਉਸ ਮਹਾਬਲੀ ਨੇ ਵੀ ਆਪਣੀ ਜਾਨ ਤਲੀ ਤੇ ਧਰ ਕੇ ਸਾਰੀ ਜ਼ਿੰਦਗੀ ਖੰਡਾ ਖੜਕਾਇਆ। ਨਵਾਬ ਸੋ ਖਾਨ ਬਹਾਦਰ, ਸਿੰਘਨ ਪਰ ਕੀਓ ਜੋਰ। ਨਵਾਬ ਜ਼ਕਰੀਆ ਖਾਨ ਖਾਨ ਬਹਾਦਰ ਨੇ ਸਿੰਘਾਂ ਦੇ ਬੜਾ ਜ਼ੋਰ ਪਾਇਆ, ਭਾਵ ਸਿੱਖਾਂ ਨੂੰ ਖਤਮ ਕਰਨ ਲਈ ਕੋਈ ਕਸਰ ਨਹੀਂ ਛੱਡੀ। ਇਮ ਮੁਲਖਈਅਨ ਬੁਲਾਏ ਕੈ ਲਿਖਿਓ ਵਿੱਚ ਲਾਹੌਰ। ਉਹਨੇ ਸਾਰੇ ਮੁਲਖਈਏ ਨੂੰ ਇਕੱਠਾ ਕੀਤਾ। ਮੁਲਖਈਏ ਦਾ ਮਤਲਬ ਹੁੰਦਾ ਸਾਰੇ ਇਲਾਕੇ ਦੀ ਪਰਜਾ, ਪਰ ਇੱਥੇ ਮੁਲਖਈਅਨ ਕਿਹਾ, ਮੁਲਖਈਆਂ ਦੇ ਮੁਲਕ, ਲੋਕਾਂ ਦੇ ਆਗੂ, ਯਾਨੀ ਜਿਵੇਂ ਚੌਧਰੀ ਸਨ ਪਿੰਡਾਂ ਦੇ, ਪਰਗਣਿਆਂ ਦੇ, ਹਰ ਭਗਤ ਨਿਰੰਜਨੀਆਂ ਜੰਡਿਆਲੇ ਵਾਲਾ, ਕਰਮਾ ਛੀਨਾ ਛੀਨਿਆਂ ਦਾ, ਰਾਮਾ ਰੰਧਾਵਾ, ਸਾਹਿਬ ਰਾਏ ਸੰਧੂ ਨੁਸ਼ਹਿਰੇ ਦਾ, ਇਹ ਸਾਰੇ ਜਿਹੜੇ ਬੁੱਚੜ ਸਰਕਾਰ ਦੇ ਪੱਖੀ ਸਨ, ਹਿੰਦੂ ਤੇ ਮੁਸਲਮਾਨ, ਉਹਨਾਂ ਸਾਰਿਆਂ ਨੂੰ ਸੱਦ ਕੇ ਜ਼ਕਰੀਆ ਖਾਨ ਨੇ ਚਾਉ ਪਏ ਜੋ ਸਿੰਘਨ ਕਉ ਕੋ ਲੁਕਾਵੈ ਕਹਿ ਦਿੱਤਾ ਵੀ ਦੇਖੋ ਖਬਰਦਾਰ ਹੋ ਜਾਓ, ਜੇ ਕੋਈ ਸਿੱਖਾਂ ਦੀ ਮਦਦ ਕਰੇਗਾ ਮੈਂ ਉਹਦੇ ਨਾਲ ਬਹੁਤ ਬੁਰਾ ਵਿਵਹਾਰ ਕਰਾਂਗਾ, ਜੇ ਕੋਈ ਸਿੱਖਾਂ ਨੂੰ ਆਪਣੇ ਪਿੰਡ ਦੇ ਵਿੱਚ ਜਾਂ ਆਪਣੇ ਖੇਤਾਂ ਦੇ ਵਿੱਚ ਜਾਂ ਆਪਣੇ ਇਲਾਕੇ 'ਚ ਲੁਕਾ ਕੇ ਰੱਖੇਗਾ ਸੋ ਵਹ ਆਪਣੀ ਜਾਨ ਗਵਾਵੈ, ਸਮਝੋ ਉਹਦੀ ਬੁਰੀ ਹੋਵੇਗੀ, ਉਹਦੀ ਜਾਨ ਗਵਾਈ, ਉਹ ਮਰ ਜਾਏਗਾ, ਉਹਨੂੰ ਮਾਰ ਦਿੱਤਾ ਜਾਏਗਾ, ਆਪਣੀ ਜਵਾਨ ਗਵਾ ਲਏਗਾ ਜਿਹੜਾ ਸਿੱਖਾਂ ਦੀ ਮਦਦ ਕਰੇਗਾ, ਸਿੱਖਾਂ ਨੂੰ ਪਨਾਹ ਦੇਵੇਗਾ। ਆਏ ਸਿੰਘ ਬਤਾਵੇ ਨਾਹੀ, ਜੇ ਘਰ ਆਏ ਸਿੱਖਾਂ ਦੀ, ਪਿੰਡ 'ਚ ਆਏ ਸਿੱਖਾਂ ਦੀ ਖਬਰ ਨਾ ਦੇਵੇਗਾ ਥਾਣੇ ਜਾ ਕੇ, ਤੇ ਉਸ ਖਬਰ ਨਾ ਦੇਣ ਵਾਲੇ ਨੂੰ ਵੀ ਪੂਰੀ ਸਜ਼ਾ ਮਿਲੇਗੀ। ਵੈ ਭੀ ਆਪਣੀ ਜਿੰਦ ਗਵਾਹੀ, ਜਿਸ ਨੂੰ ਪਤਾ ਲੱਗ ਜਾਵੇ ਜਾਂ ਜਿਹਦੇ ਸਾਹਮਣੇ ਪਿੰਡ 'ਚ ਸਿੱਖ ਆਏ ਹੋਣ ਤੇ ਉਹ ਥਾਣੇ ਜਾ ਕੇ ਨਾ ਦੱਸੇ ਤੇ ਸਰਕਾਰ ਨੂੰ ਪਤਾ ਲੱਗ ਜਾਏ ਵੀ ਇਹਦੇ ਪਿੰਡ ਸਿੰਘ ਆਏ ਸੀ, ਤੇ ਸਮਝੋ ਉਹ ਵੀ ਨਾਲ, ਪਹਿਲਾਂ ਉਹ ਮਾਰਿਆ ਜਾਏਗਾ। ਜੋ ਸਿੰਘਨ ਕੋ ਸਾਕ ਕਰੇਵੈ, ਜੇ ਕੋਈ ਸਿੱਖਾਂ ਨਾਲ ਰਿਸ਼ਤਾ ਕਰੇਗਾ, ਸਿੰਘਾਂ ਦੇ ਰਿਸ਼ਤੇ ਕਰਾਏਗਾ, ਉਦੋਂ ਦੇ ਸਾਧ ਸੰਗਤ ਜੀ ਸਿੰਘਾਂ ਦੇ ਰਿਸ਼ਤੇ ਵੀ ਬੜੇ ਮੁਸ਼ਕਲ ਹੁੰਦੇ ਸੀਗੇ, ਕੋਈ ਲੜਕੀ ਦੇਣ ਨਾਲ ਕਹਿੰਦੇ ਇਹਨਾਂ ਦੇ ਖੂਹ 'ਚ ਸੁੱਟ ਦਿਓ, ਪਤਾ ਨਹੀਂ ਮਰ ਜਾਣੀ ਕੀ ਹੋਣਾ, ਇਹ ਸਿੱਖਾਂ ਨੇ ਤਾਂ ਜੰਗ 'ਚ ਮਰ ਜਾਣਾ, ਵਿਆਹ ਕਰਕੇ ਕੀ ਕਰਨਾ। ਕਹਿੰਦੇ ਸਿੰਘਾਂ ਦੇ ਰਿਸ਼ਤੇ ਵੀ ਔਖੇ ਸੀਗੇ। ਜ਼ਕਰੀਆ ਖਾਨ ਨੇ ਕਿਹਾ ਜੇ ਕੋਈ ਸਿੱਖਾਂ ਦਾ ਵਿਚੋਲਾ ਬਣੇ ਰਿਸ਼ਤਾ ਕਰਾਉਣ ਲਈ, ਮੁਸਲਮਾਨ ਸੋ ਹੋਵਣ ਲੇਵਾ, ਉਹਨੂੰ ਮੁਸਲਮਾਨ ਬਣਾਵਾਂਗੇ ਸਾਰੇ ਟੱਬਰ ਨੂੰ। ਕੁੜੀ ਵਾਲਿਆਂ ਨੂੰ ਵੀ ਕਹਿਤਾ ਵੀ ਜੇ ਕੋਈ ਸਿੱਖਾਂ ਨੂੰ ਕੁੜੀ ਦੇਵੇਗਾ
ਤੇ ਉਹਦਾ ਵੀ ਅਸੀਂ ਬਾਲ ਬੱਚਾ ਕਹਾਣੀ ਕਰ ਦਿਆਂਗੇ ਜਾਂ ਮੁਸਲਮਾਨ ਬਣਾ ਲਾਂਗੇ। ਜੋ ਸਿੰਘਣ ਕਉ ਦੇਵੈ ਅਨਾਜ, ਜੇ ਕੋਈ ਸਿੱਖਾਂ ਨੂੰ ਅਨਾਜ ਦੇਵੇਗਾ, ਆਟਾ ਦਾਲ ਜਾਂ ਪ੍ਰਸ਼ਾਦੇ ਪਕਾ ਕੇ ਕੋਈ ਜੰਗਲ ਚ ਭੇਜੇਗਾ ਸਿੱਖਾਂ ਦੇ ਮਦਦ ਕਰਨ ਵਾਸਤੇ, ਮੁਸਲਮਾਨ ਕਰੋ ਤਿਸ ਕਾਜ, ਉਹਨੂੰ ਵੀ ਮੁਸਲਮਾਨ ਬਣਾਵਾਂਗੇ ਇਸ ਕੰਮ ਕਰਕੇ ਵੀ ਉਹਨੇ ਸਿੱਖਾਂ ਨੂੰ ਰੋਟੀ ਖਵਾਈ ਹੈ ਜਾਂ ਸਿੰਘਾਂ ਦੇ ਦਲਾਂ ਨੂੰ ਰਾਸ਼ਨ ਪਾਣੀ ਭੇਜਿਆ ਹੈ। ਦੋਹਰਾ ਐਸੀ ਐਸੀ ਘੂਰ ਕਰ ਦਿਨੇ ਲੋਕ ਡਰਾਏ, ਇਸ ਤਰ੍ਹਾਂ ਦੀ ਘੂਰ ਘੱਪ ਕਰਕੇ ਏਦਾਂ ਦੇ ਡਰਾਵੇ ਪਾ ਕੇ, ਕਈਆਂ ਕਉ ਸਿਰ ਪਾਉਦੈ ਦਿਨੇ ਵਿੱਚੋਂ ਪੜਾਏ, ਵਿੱਚੋਂ ਸਰੋਪੇ ਦੇ ਕੇ ਕਈਆਂ ਨੂੰ ਡਰਾਵੇ ਦੇ ਕੇ ਕਈਆਂ ਚ ਫੁੱਟ ਪਵਾ ਕੇ ਏਦਾਂ ਪੰਜਾਬ ਦੇ ਜਿਹੜੇ ਮੁਖੀ ਮੁਖੀ ਬੰਦੇ ਸੀਗੇ ਆਪਣੇ ਨਾਲ ਜੋੜ ਲਏ, ਪਿੰਡਾਂ ਦੀ ਪੰਚਾਇਤਾਂ ਨੂੰ ਵੀ ਤਾੜਨਾ ਕਰ ਦਿੱਤੀ। ਚਾਉ ਪਈ ਤਬ ਸਿੰਘਣ ਕੋ ਲੋਕ ਬਤਾਵੈ, ਉਸ ਵੇਲੇ ਖਾਲਸਾ ਜੀ ਲੋਕ ਸਿੰਘਾਂ ਦੇ ਵੈਰੀ ਬਣ ਗਏ, ਕਈ ਡਰਦੇ ਮਾਰੇ ਬਣ ਗਏ, ਕਈ ਲਾਲਚ ਵਿੱਚ ਆ ਕੇ ਬਣ ਗਏ, ਸਿੰਘਾਂ ਦੀਆਂ ਖਬਰਾਂ ਠਾਣਿਆਂ ਚ ਜਾਣ ਲੱਗੀਆਂ, ਕਈ ਆਪਣੇ ਹੱਥ ਫੜਾਵੈ, ਕਈ ਆਪ ਸਿੰਘਾਂ ਦੇ ਵੈਰੀ ਸੀਗੇ ਆਪਣੇ ਹੱਥੀ ਸਿੱਖਾਂ ਨੂੰ ਫੜਾਉਂਦੇ ਸੀ, ਕਈ ਕੋ ਦੇਵੈ ਆਪੇ ਮਾਰ, ਕਈ ਤਗੜੇ ਸੀ ਉਹ ਸਿੰਘਾਂ ਨੂੰ ਆਪ ਹੀ ਮਾਰ ਦਿੰਦੇ ਸੀ। ਇੱਕ ਦੋ ਸਿੰਘ ਪਿੰਡ ਚ ਆਏ, 10-20 ਰਲ ਕੇ ਸਿੱਖਾਂ ਨੂੰ ਮਾਰ ਦਿੰਦੇ ਸੀ, ਕਈ ਸਿੱਖਾਂ ਨੂੰ ਆਪ ਮਾਰ ਦਿੰਦੇ ਸੀ, ਕਈ ਸਿੱਖਾਂ ਨੂੰ ਫੜਾ ਦਿੰਦੇ ਸੀ, ਕਈ ਸਿੱਖਾਂ ਦੀ ਖਬਰ ਦਿੰਦੇ ਸੀ ਸਰਕਾਰ ਨੂੰ। ਸਿੰਘਣ ਕੋ ਭਇਓ ਐਸ ਹਵਾਰ, 1740 ਦੇ ਲਾਗੇ ਚਾਗੇ ਆਹ ਹਾਲ ਹੋ ਗਿਆ ਵੀ ਪੰਜਾਬ ਦੇ ਵਿੱਚ ਕਿਸੇ ਪਿੰਡ ਵਿੱਚ ਸਿੱਖ ਨੂੰ ਰਹਿਣਾ ਨਸੀਬ ਨਹੀਂ ਸੀ ਹੁੰਦਾ। ਸਿੰਘਣ ਮਾਰ ਦਿਖਾਵੈ ਤੁਰਕ, ਔਰ ਤੁਰਕ ਜਿਹੜੇ ਸਿੰਘਾਂ ਦੇ ਸਿਰ ਵੱਢ ਕੇ ਜਕਰੀਏ ਕੋਲ ਲੈ ਜਾਂਦੇ ਸੀ ਤੇ ਜਕਰੀਏ ਕੋਲੋਂ ਸਿੰਘਾਂ ਦੇ ਸਿਰਾਂ ਦੇ ਇਨਾਮ ਲੈਂਦੇ ਸੀ। ਇਨਾਮ ਸੋ ਪਾਵੈ ਬਹੁਤ ਮੁਰਕ, ਕਹਿੰਦੇ ਬਹੁਤ ਇਨਾਮ ਮਿਲਦਾ ਸੀ, ਸਰਕਾਰ ਦਿੰਦੀ ਸੀ ਸਿੱਖਾਂ ਦੇ ਸਿਰਾਂ ਦਾ। ਕਈ ਲਾਲਚੀ ਲੋਕ ਆਪਣੀਆਂ 15-16 ਸਾਲ ਦੀਆਂ ਕੁੜੀਆਂ ਦੇ ਸਿਰ ਵੱਢ ਕੇ ਲੈ ਜਾਂਦੇ ਸੀ, ਕਹਿੰਦੇ ਕੁੜੀ ਨਾਲੇ ਤਾਂ ਦਾਜ ਦੇਣਾ ਪਏਗਾ, ਵਿਆਹਣੀ ਪਏਗੀ, ਤੇ ਨਾਲੇ ਆਪਾਂ ਇਹਨੂੰ ਕੀ ਕਰਨਾ, ਇਹਨੂੰ ਮਾਰੋ ਵੱਢੋ, ਕੁੜੀ ਵੱਢਣੀ ਉਹਦਾ ਸਿਰ ਬਰਛੇ ਦੇ ਟਾਂਗ ਕੇ ਲੈ ਜਾਣਾ, ਤੇ ਕਹਿ ਦੇਣਾ ਇਹ ਸਿੱਖਾਂ ਦਾ ਨੌਜਵਾਨ ਸਿੰਘ ਸੀਗਾ, ਮਾਰ ਦਿੱਤਾ। ਇਸ ਤਰ੍ਹਾਂ ਚਿਹਰਾ ਮੋਹਰਾ ਛਿੱਲ ਕੇ ਹੋ ਕੇਸ ਲੰਮੇ ਹੁੰਦੇ ਸੀ, ਕੁੜੀਆਂ ਦੇ ਕੇਸ ਹੁੰਦੇ ਸੀਗੇ, ਤੇ ਕੇਸਾਂ ਵਾਲੇ ਬੱਚਿਆਂ ਦੇ ਕੇਸ ਬੱਚੀਆਂ ਦੇ ਵੱਢ ਕੇ ਸਿਰ ਉਹ ਜਾ ਕੇ ਜਕਰੀ ਤੋਂ ਇਨਾਮ ਲੈਂਦੇ ਸੀ। ਸਿੰਘ ਮੁਲਖਈਆਂ ਪਰ ਗਏ ਬੈਰ, ਲੋਕਾਂ ਦਾ ਤੇ ਸਿੰਘਾਂ ਦਾ ਵੈਰ ਪੈ ਗਿਆ ਮੁਲਖਈਏ ਦਾ। ਸਿੰਘ ਭੀ ਤਾਂ ਸੋ ਕਰੈ ਨਾ ਖੈਰ, ਸਿੰਘ ਵੀ ਉਹਨਾਂ ਚੌਧਰੀਆਂ ਨਾਲ ਖੈਰ ਨਹੀਂ ਸੀ ਗੁਜ਼ਾਰਦੇ, ਲੱਗਦੇ ਹੱਥ ਝਟਕਾ ਕਰ ਦਿੰਦੇ ਸੀ ਉਹਨਾਂ ਦਾ। ਲੜਤ ਮਰਤ ਕਹੂੰ ਲੋਕ ਛੁਪ ਰਹੇ, ਖਾਲਸਾ ਉਸ ਵੇਲੇ ਲੁਕ ਛਿਪ ਕੇ ਜੰਗਲਾਂ ਚ ਰਹਿੰਦਾ ਸੀ, ਲੜਦੇ ਮਰਦੇ ਰੋਜ਼ ਹੀ ਦੰਗੇ ਫਸਾਦ ਪੰਜਾਬ ਚ ਹੋ ਰਹੇ ਸਨ। ਦੁਸ਼ਟ ਤਹੀਂ ਤੁਰਤ ਤੁਰਕਣ ਕਹੈ, ਔਰ ਜਿਹੜੇ ਦੁਸ਼ਟ ਲੋਕ ਸਨ ਜਾ ਕੇ ਤੁਰਕਾਂ ਨੂੰ ਮਿੰਟੋ ਮਿੰਟੀ ਸਿੰਘਾਂ ਦੀ ਖਬਰ ਦਿਆ ਕਰਦੇ ਸਨ। ਤਹਿ ਸੁਣ ਤੁਰਕ ਤੁਰਤ ਚਾੜ ਆਵੈ, ਜਿੱਥੇ ਤੁਰਕਾਂ ਦੀ ਫੌਜ ਨੂੰ ਪਤਾ ਲੱਗਦਾ ਸੀ ਸਿੰਘ ਬੈਠੇ ਨੇ, ਉਸੇ ਵੇਲੇ ਫੌਜ ਚੜ ਕੇ ਆ ਜਾਂਦੀ ਸੀ ਸ਼ਿਕਾਰ ਕਰਨ ਲਈ ਸਿੱਖਾਂ ਦਾ। ਦਾਸ ਗਰਾਮ ਕੀ ਧੂਰ ਉਡਾਵੈ, ਲੜਾਈ ਹੁੰਦੀ ਸੀ, ਬੜਾ ਜੰਗ ਹੁੰਦਾ ਸੀ ਸਿੰਘਾਂ ਨੂੰ ਮਾਰਨ ਤੋਂ ਬਾਅਦ, ਉਸ ਪਿੰਡ ਦੀ ਧੂੜ ਉਡਾ ਦਿੰਦੇ ਸਨ, ਯਾਨੀ ਕਿ ਘਰ ਕੋਠੇ ਢਾ ਦਿੰਦੇ ਸੀ ਤੁਰਕ, ਸਿੱਖਣੀਆਂ ਨੂੰ ਵੀ ਮਾਰ ਦਿੰਦੇ ਸੀ, ਬੱਚਿਆਂ ਨੂੰ ਮਾਰ ਦਿੰਦੇ ਸੀ। ਗ੍ਰਾਮ ਛੋੜ ਜੋ ਉਜਾੜਨ ਰਹੇ, ਜਿਹੜੇ ਪਿੰਡਾਂ ਨੂੰ ਛੱਡ ਕੇ ਜੰਗਲਾਂ 'ਚ ਰਹਿੰਦੇ ਸੀ ਸਿੰਘ, ਗਿਰਦੇ ਗ੍ਰਾਮ ਉਜਾੜਨ ਚਾਹੇ, ਉਹਦੇ ਲਾਗੇ ਜਾ ਕੇ ਪਿੰਡ ਨਹੀਂ ਸੀ ਕੋਈ ਰਹਿਣ ਦਿੰਦੇ, ਤੁਰਕ ਸਿੱਖਾਂ ਦਾ ਪਿੰਡ ਉਜਾੜ ਦਿੰਦੇ ਸੀ। ਤਬ ਸਿੰਘਣ ਕੋ ਭਇਓ ਤਰਾਸ, ਉਸ ਵੇਲੇ ਖਾਲਸੇ ਤੇ ਬੜਾ ਖਤਰੇ ਦਾ ਸਮਾਂ ਸੀਗਾ, ਸਿੰਘਾਂ ਨੂੰ ਬਹੁਤ ਭਾਰੀ ਉਸ ਵੇਲੇ ਜਾਨ ਦੇ ਲਾਲੇ ਪਏ ਹੋਏ ਸਨ, ਜਾਨ ਦਾ ਖਤਰਾ ਸੀ, ਥਾਂ ਥਾਂ ਤੇ ਸਿੰਘਾਂ ਦੀ ਜਾਨ ਦੇ ਵੈਰੀ ਫਿਰਦੇ ਸਨ। ਸਿੰਘਣ ਵਤਨੋਂ ਛੋਡਿਓ ਵਾਸ, ਹੁਣ ਸਾਧ ਸੰਗਤ ਜੀ ਪੰਜਾਬ ਸਿੱਖਾਂ ਨੂੰ ਛੱਡਣਾ ਪੈ ਗਿਆ। ਉਹ ਜੰਗਲ ਦੱਖਣ ਰੁਕੇ, ਕਈ ਜੰਗਲ ਵਿੱਚ ਚਲੇ ਗਏ, ਆ ਮਾਲਵੇ ਦਾ ਬਠਿੰਡੇ ਦਾ ਇਲਾਕਾ ਇਹਨੂੰ ਜੰਗਲ ਕਹਿੰਦੇ ਸੀਗੇ, ਇੱਧਰ ਚਲੇ ਗਏ, ਅੱਗੇ ਦੱਖਣ ਨੂੰ ਚਲੇ ਗਏ, ਹੋਰ ਅੱਗੇ ਚਲੇ ਗਏ, ਕੋਈ ਕੋ ਪੂਰਬ ਪਹਾੜਨ ਲੁਕੇ, ਕਈ ਪਹਾੜਾਂ ਨੂੰ ਚਲੇ ਗਏ ਵੀ ਚਲੋ ਪਹਾੜਾਂ 'ਚ ਦਿਨ ਕੱਟਾਂਗੇ, ਪਰ ਪਹਾੜਾਂ ਦੇ ਵਿੱਚ ਦਿਨ ਕੱਟਣੇ ਬੜੇ ਔਖੇ ਸਨ। ਰਹੇ ਦੇਸ਼ ਮਹਿ ਸੋ ਅਤ ਦੁਖੀ, ਜਿਹੜੇ ਪੰਜਾਬ 'ਚ ਰਹਿ ਗਏ ਉਹ ਦੁਖੀ ਹੋਏ, ਬੜੇ ਮਾਰੇ ਗਏ, ਬਹੁਤੇ ਪਕੜੇ ਗਏ, ਬਹੁਤੇ ਉਹਨਾਂ ਨੂੰ ਤਸੀਹੇ ਦਿੱਤੇ ਗਏ। ਬਾਜ ਦੇਸ਼ ਜਿਉਂ ਬਟੇਰਨ ਉਖੀ, ਜਿਵੇਂ ਬਾਜਾਂ ਦੇ ਦੇਸ਼ 'ਚ ਬਟੇਰਿਆਂ ਦੀ ਹਾਲਤ ਹੁੰਦੀ ਹੈ, ਉਹ ਦੁਖੀ ਹੁੰਦੇ ਹੈ, ਬਾਜ ਨੇ ਜਿਸ ਵੇਲੇ ਵੇਖਿਆ ਝਪਟ ਮਾਰ ਲੈਣੀ ਹੈ,
उस वेले जखरिया खां बाज बनिया सी सिंघां दे वास्ते ते सिंघां दे शिकार करदा सी। दोहरा पार पिता हमारो निकर कै जय नगर पहुंचे ओ जाए। भाई रतन सिंह जी कहिंदे मेरा दादा पर पिता, एक पिता हुंदा इक पर पिता, पर पिता मैंने प्यो दा प्यो, दादा साडा मताप सिंह सी मीरां कोटिया, ओनू बड़ी तंगी आई, ओ पंजाब छड़ के चला गया। राजे सो मुलाकात कर लई चाकरी लाई। जय नगर वाल चला गया बीकानेर वाल, उधर जा करके उथों दे राजे दे नाल उहने गलबात कीती। ओ राजे जिहड़े राजपूत सीगे ओ समझदे तां सन वी साडे लोकां उत्ते इह पंजाब दे विच तंगी आ रही है। ओ थोड़ी बाली अंदर खाते सिखां दी मदद वी करदे सी जिन्नी हुंदी सी। राजे नाल गलबात कीती, राजे ने कहा कोई नहीं भाई मताप सिंह जी साडे कोल इत्थे रहो तुसी, ते असी तुहानूं जिन्नी हो सके तनखाह भी देंगे खर्चा भी देंगे, क्योंकि नाले मताप सिंह सूरमा सी शस्त्रधारी सी, राजिआं नूं लोड़ हुंदी है फौज की, इहो जिहे सिंघ राजिआं कोल जा के टाइम कट्टिआ करदे सी। राजस्थान दे राजिआं ने भाई साहब भाई मताप सिंह जी नूं अपने कोल रख लिया। जाओ भाई सो सुन और सिंह तह आई। जदों पंजाब दे सिंघां नूं पता लगा वी मताप सिंह उधर चला गया, खखगां दी गां खबर मिलदी गई, होर भी सिंह तंगी भी सन, घर गुजारा नहीं सी हुंदा ते सरकार जिहड़ी है टिकण नहीं सी दिंदी। ਉਹ ਪੰਜਾਬ ਚੋਂ ਸਿੰਘ ਸਾਰੇ ਬੀਕਾਨੇਰ ਨੂੰ ਚਲੇ ਗਏ। ਮਹਤਾਬ ਸਿੰਘ ਤੇ ਬਚਨ ਅਲਾਈ। ਭਾਈ ਮਹਤਾਬ ਸਿੰਘ ਜੀ ਦੇ ਕੋਲ ਕੋਈ ਸਿੰਘ ਪਹੁੰਚਿਆ, ਇਹ ਸਾਧ ਸਿੰਘ ਜੀ ਖੰਡੂਰ ਸਾਹਿਬ ਦੇ ਲਾਗੇ ਕੰਗ ਪਿੰਡ ਹੈ, ਤਰਨ ਤਾਰਨ ਖੰਡੂਰ ਸਾਹਿਬ ਦੇ ਇਲਾਕੇ ਦਾ ਪਿੰਡ ਹੈ ਕੰਗ। ਕੰਗ ਪਿੰਡ ਦਾ ਸੀ ਬਲਾਕਾ ਸਿੰਘ, ਉਹ ਕਹਿੰਦੇ ਨੇ ਉੱਥੇ ਚਲਾ ਗਿਆ ਮਹਤਾਬ ਸਿੰਘ ਦੇ ਕੋਲ, ਤੇ ਮਹਤਾਬ ਸਿੰਘ ਨੇ ਉਹਨੂੰ ਪੁੱਛਿਆ। ਦੇਹ ਵਤਨ ਹਮ ਬਾਤ ਸੁਣਾਏ। ਫਤਿਹ ਬੁਲਾਈ ਤੇ ਪੁੱਛਿਆ ਭਾਈ ਬਲਾਕਾ ਸਿੰਘ ਜੀ ਸੁਣਾਓ ਪੰਜਾਬ ਦਾ ਕੀ ਹਾਲ ਹੈ, ਮਾਝੇ ਦੇਸ਼ ਦਾ ਕੀ ਹਾਲ ਹੈ। ਕਹਿ ਕਹਿ ਤੁਰਕਨ ਡੇਰੇ ਲਾਏ। ਤੁਰਕਾਂ ਨੇ ਕਿੱਥੇ ਕਿੱਥੇ ਡੇਰੇ ਲਾਏ ਨੇ, ਕਿੱਥੇ ਕਿੱਥੇ ਸਿੰਘਾਂ ਦਾ ਪਹਿਰਾ ਹੈ, ਦੱਸ ਜਰਾ ਮੈਨੂੰ। ਸਿੰਘ ਕਹਿਓ ਕਛ ਪੁੱਛ ਨਾ ਬਾਤ। ਇਹ ਸੁਣ ਕੇ ਬਲਾਕਾ ਸਿੰਘ ਧਾਈ ਮਾਰ ਕੇ ਰੋਣ ਲੱਗ ਪਿਆ। ਉਹ ਕਹਿੰਦਾ ਮਹਤਾਬ ਸਿੰਘ ਪੁੱਛ ਨਾ ਕੁਝ, ਜੋ ਪੰਜਾਬ ਦੀ ਹਾਲਤ ਹੈ ਮੇਰੇ ਤੋਂ ਦੱਸੀ ਨਹੀਂ ਜਾਂਦੀ। ਜਿਮ ਤੁਰਕਨ ਨੇ ਕੀਨੋ ਘਾਤ। ਜੋ ਤੁਰਕਾਂ ਨੇ ਘਾਤ ਕੀਤਾ ਹੈ ਅੱਗੇ ਕਦੀ ਐਸਾ ਨਹੀਂ ਹੋਇਆ ਜੋ ਅੱਜ ਹੋ ਰਿਹਾ ਹੈ। ਮੁੱਖੋ ਕਹੋ ਮੁੱਖ ਫਟਦਾ ਜਾਵੇ। ਬਲਾਕਾ ਸਿੰਘ ਦਾ ਮਹਤਾਬ ਸਿੰਘ ਜੇ ਮੂੰਹ ਤੋਂ ਗੱਲ ਕਹਿਣਾ ਤੇ ਮੂੰਹ ਪਾਟਦਾ ਜਾਂਦਾ, ਮੇਰੇ ਕੋਲੋਂ ਕਹੀ ਨੀ ਜਾਂਦੀ ਗੱਲ। ਕੰਨੋ ਸੁਣੋ ਤੋ ਕੰਨ ਦੁਖਾਵੇ। ਜੇ ਕੰਨਾ ਸੁਣੇਗਾ ਤੇਰੇ ਕੰਨ ਦੁਖਣ ਲੱਗ ਜਾਣਗੇ, ਮੇਰੇ ਤੋਂ ਨਾ ਉਹ ਸੁਣੀ ਜਾਂਦੀ ਹੈ ਨਾ ਸੁਣਾਈ ਜਾਂਦੀ ਹੈ। ਬਾਤ ਚੀੜ ਤੇ ਛਾਤੀ ਜਾਵੇ। ਇਹ ਗੱਲ ਮੇਰੀ ਛਾਤੀ ਚੀਰਦੀ ਜਾਂਦੀ ਹੈ, ਜਿਹੜੀ ਤੂੰ ਪੁੱਛੀਏ ਮੈਂ ਦੱਸ ਨੀ ਸਕਦਾ। ਨਾ ਕਹੀਏ ਮਨ ਮੋਹ ਨਾ ਸਮਾਵੇ। ਨਾ ਮੂੰਹ ਤੋਂ ਕਹੀ ਜਾਂਦੀ ਹੈ ਤੇ ਨਾ ਅੰਦਰ ਰੱਖੀ ਜਾਂਦੀ ਹੈ, ਕਹੇ ਬਿਨਾ ਵੀ ਮੈਂ ਰਹਿ ਨੀ ਸਕਦਾ ਤੇ ਕਹਿ ਵੀ ਨੀ ਸਕਦਾ, ਇਹ ਮੇਰੀ ਹਾਲਤ ਹੈ ਇਸ ਵੇਲੇ। ਸਰਪ ਚਕੁੰਦਰ ਕੀ ਭਾਈ ਬਾਤ। ਜਿਵੇਂ ਸੱਪ ਦੇ ਮੂੰਹ ਚ ਚਕੁੰਦਰ ਆ ਜਾਵੇ ਤੇ ਉਹ ਸੱਪ ਨਾ ਖਾ ਸਕਦਾ ਨਾ ਛੱਡ ਸਕਦਾ। ਉਗਲਤ ਬਣੇ ਨਾ ਬਣੇ ਜਿਮ ਖਾਤ। ਜਿਵੇਂ ਸੱਪ ਦੇ ਮੂੰਹ ਦੇ ਵਿਚ ਚੁੰਦਰ ਆਈ ਨਾ ਖਾਏ ਨਾ ਛੱਡੇ, ਏਦਾਂ ਮੈਂ ਫਸ ਗਿਆ, ਨਾ ਦੱਸ ਸਕਦਾ ਨਾ ਰੱਖ ਸਕਦਾ ਗੱਲ ਆਪਣੇ ਕੋਲ। ਦੋਹਰਾ ਕੀਓ ਉਪਦਰਵ ਤੁਰਕ ਬਾਡ ਅੰਮ੍ਰਿਤਸਰ ਗੁਰਦੁਆਰ। ਭਾਈ ਬਲਾਕਾ ਸਿੰਘ ਕਹਿੰਦਾ ਭਾਈ ਮਹਤਾਬ ਸਿੰਘ ਜੀ ਹੱਦ ਹੋ ਗਈ ਜ਼ੁਲਮਾਂ ਦੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਇਲਾਹੀ ਨੂਰਾਨੀ ਦਰਬਾਰ ਅੱਜ ਵੇਸ਼ਿਆ ਦੇ ਨੱਚਣ ਵਾਲਾ ਸਥਾਨ ਬਣ ਚੁੱਕਾ ਹੈ। ਹਰ ਮੰਦਰ ਮੈਂ ਕੰਚਨੀ ਰੱਖੇ ਤੁਰਕਨ ਕੋ ਸਰਦਾਰ। ਤੁਰਕਾਂ ਦਾ ਸਰਦਾਰ ਮੱਸਾ ਰੰਗੜ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਕੰਜਰੀ ਨਚਾਉਂਦਾ ਹੈ, ਵੇਸ਼ਿਆ ਨਾਚ ਕਰਦੀ ਹੈ, ਸ਼ਰਾਬ ਦੇ ਦੌਰ ਚੱਲਦੇ ਨੇ, ਹੁੱਕਾ ਚੱਲਦਾ ਹੈ। ਮੰਡਿਆਲੀ ਕੋ ਰੰਗੜੋ ਮੱਸਾ ਤਾਂ ਕੋ ਨਾਮ। ਭਾਈ ਮਹਤਾਬ ਸਿੰਘ ਜੀ ਕੀ ਦੱਸਾਂ, ਉਸ ਚੌਧਰੀ ਦਾ ਨਾਮ ਮੱਸਾ ਰੰਗੜ ਹੈ, ਉਹ ਮੰਡਿਆਲੇ ਦਾ ਚੌਧਰੀ ਹੈ, ਬੜਾ ਹੰਕਾਰਿਆ ਹੋਇਆ ਹੈ। ਕਰੇ ਬੇਅਦਬੀ ਹਰ ਮੰਦਰ ਪਾਪੀ ਵੱਡੋ ਹਰਾਮ। ਉਹ ਹਰਾਮ ਦਾ ਉਹਦੀ ਬਿਰਤੀ ਐਸੀ ਹੈ, ਉਹ ਧਰਮ ਦਾ ਦੁਖੀ ਹੈ,
ਸ੍ਰੀ ਹਰਿਮੰਦਰ ਸਾਹਿਬ ਜੀ ਦੀ ਬੇਅਦਬੀ ਕਰਦਾ ਹੈ। ਜਾਓ ਭਾਈ ਮਹਤਾਬ ਸਿੰਘ ਸੁਣ ਗੁੱਸਾ ਖਾਇਆ। ਇਹ ਸੁਣ ਕੇ ਭਾਈ ਸਾਹਿਬ ਮਹਤਾਬ ਸਿੰਘ ਦੀਆਂ ਅੱਖਾਂ ਲਾਲ ਹੋ ਗਈਆਂ, ਲਹੂ ਉਤਰਿਆ ਅੱਖਾਂ ਵਿੱਚ। ਜਾਣ ਕਰ ਬਿਛੂ ਡੰਗ ਲਗਾਇਆ। ਜਿਵੇਂ ਕਿਸੇ ਨੂੰ ਬਿਛੂ ਦਾ ਡੰਗ ਲੱਗਦਾ ਹੈ ਤੇ ਉਹ ਤੜਫਦਾ, ਏਦਾਂ ਮਹਤਾਬ ਸਿੰਘ ਤੜਫਿਆ। ਕਹੇ ਉਹ ਸਿੰਘ ਊਹਾਂ ਸਿੰਘ ਕੋ ਨਾਹੀ। ਅੱਗੋਂ ਮਹਤਾਬ ਸਿੰਘ ਕਹਿੰਦਾ ਬਲਾਕਾ ਸਿਆ, ਪੰਜਾਬ ਚ ਸਿੰਘ ਮਰ ਗਏ ਨੇ, ਪੰਜਾਬ ਚ ਕੋਈ ਸਿੰਘ ਨੀ ਰਿਹਾ, ਕੋਈ ਉੱਥੇ ਖਾਲਸੇ ਦੀ ਜਾਤ ਮੁੱਕ ਗਈ ਹੈ, ਕੀ ਹੋ ਗਿਆ ਹੈ? ਸੀਸ ਨਾ ਤਾਂ ਕੋ ਤੋੜਿਓ ਤਾਹੀ। ਕਿਸੇ ਨੇ ਉਹਦਾ ਸਿਰ ਨੀ ਵੱਢਿਆ ਜਾ ਕੇ, ਕਿਸੇ ਨੇ ਉਹਦਾ ਸਿਰ ਨੀ ਫੇਆ ਕੁੱਤੇ ਦਾ, ਦੁਸ਼ਟ ਦਾ, ਕੋਈ ਦੱਸੋ ਖਾਲਸਾ ਕਿੱਥੇ ਚਲਾ ਗਿਆ? ਏਦਾਂ ਬੜੇ ਗੁੱਸੇ ਚ ਆ ਕੇ ਬੋਲਿਆ ਮਹਤਾਬ ਸਿੰਘ। ਕਿਆ ਸਿੰਘਾਂ ਤੇ ਸੱਤ ਗਏ ਦੂਰ। ਕੀ ਸਿੰਘਾਂ ਤੋਂ ਸੱਤ ਮੁੱਕ ਗਿਆ? ਸਿੰਘਾਂ ਜੋ ਸ਼ਕਤੀ ਖਾਲਸੇ ਦੀ ਜਿਹੜੀ ਵੀਰ ਰਸ ਦੀ ਇਹ ਖਤਮ ਹੋ ਗਈ ਹੈ। ਹਾਂਜੀ। ਕਿਆ ਸਿੰਘਾਂ ਪੁਰਖਾਰਥ ਭਇਓ ਕੂਰ। ਕਿਆ ਸਿੰਘਾਂ ਦਾ ਪੁਰਸ਼ਾਰਥ ਝੂਠਾ ਪੈ ਗਿਆ, ਸਿੰਘਾਂ ਦਾ ਉਦਮ ਬਲ ਮੁੱਕ ਗਿਆ? ਹਾਂਜੀ। ਤਬ ਉਸ ਸਿੰਘ ਬਚਨ ਪਲਟਾਇਓ। ਇਹ ਸੁਣ ਕੇ ਅੱਗੋਂ ਬੁਲਾਕਾ ਸਿੰਘ ਬੋਲਿਆ, ਕਿਆ ਤੈ ਨੱਠ ਨਹਿ ਪੌਰਖ ਗਵਾਇਓ। ਮਹਤਾਬ ਸਿਆ, ਤੂੰ ਨੀ ਭੱਜ ਕੇ ਆਇਆ, ਤੂੰ ਦੂਜਿਆਂ ਨੂੰ ਕਹਿਣਾ ਤੂੰ ਵੀ ਤਾਂ ਪੰਜਾਬ ਛੱਡ ਕੇ ਆਇਆ, ਤੇਰਾ ਵੀ ਤਾਂ ਉਦਮ ਮੁੱਕ ਗਿਆ, ਤੇਰੇ ਅੰਦਰ ਵੀ ਤਾਂ ਪੁਰਸ਼ਾਰਥ ਮਰਦਊਪੁਣਾ ਨੀ ਰਿਹਾ, ਤੈਨੂੰ ਕੀ ਹੋ ਗਿਆ? ਜੋ ਤੇਰਾ ਹੈ ਉਹ ਦੂਜਿਆਂ ਦਾ ਹਾਲ ਹੈ। ਹਾਂਜੀ। ਤੁਮ ਮਰਨੇ ਤੇ ਨੱਠ ਨਹੀਂ ਆਏ। ਕਿਆ ਮਹਤਾਬ ਸਿੰਘ ਤੂੰ ਮੌਤ ਤੋਂ ਡਰ ਕੇ ਨੀ ਆਇਆ? ਮੌਤ ਤੋਂ ਸਾਰੇ ਡਰਦੇ ਆ, ਤੂੰ ਵੀ ਡਰਿਆ, ਜੇ ਉਹ ਡਰੀ ਬੈਠੇ ਨੇ ਤੇ ਤੂੰ ਵੀ ਤਾਂ ਡਰ ਕੇ ਆਇਆ ਇੰਨੀ ਦੂਰ ਬੀਕਾਨੇਰ ਵਿੱਚ। ਉਨਕੋ ਦੇ ਤੋ ਉਲਾਂਭਾ ਕਾਹੇ। ਉਹਨਾਂ ਨੂੰ ਕੀ ਉਲਾਂਭੇ ਦਿੰਦਾ ਮਹਤਾਬ ਸਿੰਘ? ਆਪਣੇ ਅੰਦਰ ਝਾਤੀ ਮਾਰ, ਤੂੰ ਵੀ ਤਾਂ ਭੱਜ ਕੇ ਆਇਆ ਹੈ। ਤੁਮ ਭੱਜ ਤੁਰਕਨ ਪ੍ਰਾਣ ਬਚਾਏ। ਤੂੰ ਵੀ ਤਾਂ ਭੱਜ ਕੇ ਤੁਰਕਾਂ ਤੋਂ ਜਾਨ ਬਚਾਈ, ਇੱਥੇ ਰਾਜਸਥਾਨ ਚ ਬੀਕਾਨੇਰ ਚ ਬੈਠਾ ਹੈ। ਤੁਮਰੇ ਜੈਸੋ ਸਭ ਓਏ ਭਏ। ਜਿਹੋ ਜਿਹਾ ਤੂੰ ਹੈ ਉਹੋ ਜਿਹੇ ਉਹ ਸਿੰਘ ਨੇ, ਉਹ ਵੀ ਤਾਂ ਬੰਦੇ ਨੇ, ਉਹਨਾਂ ਦੇ ਕਿਹੜੀ ਚਾਰ ਬਾਹਾਂ ਨੇ, ਦੋ ਹੀ ਨੇ। ਤੂੰ ਭੱਜ ਕੇ ਆ ਗਿਆ ਤੇ ਉਹ ਵੀ ਆਪਣੇ ਦਿਨ ਕੱਟ ਰਹੇ ਨੇ। ਮਰਨੋ ਡਰ ਕੇ ਸਭ ਨੱਠ ਗਏ। ਮੌਤ ਤੋਂ ਡਰਦੇ ਸਿੰਘ ਸਭ ਪੰਜਾਬ ਤੋਂ ਭੱਜ ਆਏ ਨੇ। ਮੈਂ ਵੀ ਆ ਗਿਆ, ਜਿਵੇਂ ਤੂੰ ਆਇਆ ਮੈਂ ਵੀ ਆ ਗਿਆ, ਕਿਉਂਕਿ ਉਸ ਕਹਿ ਹੀ ਬੁਲਾਕਾ ਸਿੰਘ ਨੂੰ ਰਿਹਾ ਸੀ ਨਾ ਮਹਤਾਬ ਸਿੰਘ, ਵੀ ਤੂੰ ਆ ਗਿਆ, ਤੂੰ ਮਾਰ ਕੇ ਕਿਉਂ ਨੀ ਆਇਆ? ਉਹ ਕਹਿੰਦਾ ਜਿਵੇਂ ਤੂੰ ਨੀ ਆਇਆ ਉਵੇਂ ਮੈਂ ਵੀ ਨੀ ਮਾਰ ਕੇ ਆਇਆ, ਜਾਨ ਬਚਾਉਂਦੇ ਆ ਗਏ ਆਪਾਂ। ਊਹਾਂ ਸਿੰਘ ਕੋ ਦ੍ਰਿਸ਼ਟ ਨਾ ਪਏ। ਉੱਥੇ ਕੋਈ ਸਿੰਘ ਨਜ਼ਰ ਨਹੀਂ ਆਉਂਦਾ ਮਾਝੇ ਵਿੱਚ ਹੁਣ। ਊਹਾਂ ਸਿੰਘ ਕੋ ਸੁਨੀਅਤ ਨਾਹੀ। ਮਾਝੇ ਦੇਸ਼ ਸਿੰਘ ਨਾਂ ਦੀ ਕੋਈ ਚੀਜ਼ ਨੀ ਸੁਣਾਈ ਦਿੰਦੀ। ਕਰਤ ਮਸਖਰੀ ਸਿੰਘਣ ਤਾਈ। ਬਲਕਿ ਹੁਣ ਤਾਂ ਉੱਥੋਂ ਦੇ ਲੋਕ ਸਿੰਘਾਂ ਨੂੰ ਮਜ਼ਾਕ ਕਰਦੇ ਨੇ, ਟਿੱਚਰਾਂ ਕਰਦੇ ਨੇ। ਨਵਾਬ ਪੰਥ ਸਭ ਦਿਓ ਗਵਾਈ। ਲੋਕ ਕਹਿੰਦੇ ਨੇ ਵੇਖੋ ਬਣਿਆ ਫਿਰਦਾ ਸੀ ਖਾਲਸਾ ਪੰਥ, ਖਾਲਸਾ ਪੰਥ, ਖਾਲਸਾ ਪੰਥ, ਕਿੱਥੇ ਗਿਆ ਖਾਲਸਾ ਪੰਥ? ਨਵਾਬ ਜ਼ਕਰੀਆ ਖਾਨ ਨੇ ਸਾਫ਼ ਕਰ ਦਿੱਤਾ, ਖਤਮ ਕਰ ਦਿੱਤਾ ਸਿੱਖਾਂ ਦਾ ਪੰਥ। ਸਿੰਘ ਸੁਨੀਅਤ ਕਹੂੰ ਜਗ ਮੈਂ ਨਾਹੀ। ਹੁਣ ਸਿੰਘਾਂ ਦਾ ਨਾਮੋ ਨਿਸ਼ਾਨ ਹੀ ਨੀ ਸੁਣਦਾ, ਕਿਤੇ ਸਿੰਘ ਵੀ ਹੁੰਦੇ ਸਨ? ਏਦਾਂ ਦੀਆਂ ਗੱਲਾਂ ਪਿੰਡਾਂ ਚ ਹੋਣ ਲੱਗ ਪਈਆਂ ਨੇ। ਜੇ ਸਿੰਘ ਨਿਤ ਉੱਠ ਜੰਗ ਮਚਾਹੀ। ਜਿਹੜੇ ਸਿੰਘ ਰੋਜ਼ ਦੰਗੇ ਕਰਦੇ ਸੀ, ਜੰਗ ਕਰਦੇ ਸੀ, ਨਾਮ ਖਾਲਸਾ ਸਿੰਘ ਜਪਾਹੀ। ਆਪਣੇ ਆਪ ਨੂੰ ਖਾਲਸਾ ਖਾਲਸਾ ਕਹਾਉਂਦੇ ਸੀ, ਸਿੰਘ ਕਹਾਉਂਦੇ ਸੀ, ਲੋਕਾਂ ਕੋਲੋਂ ਜਾਪ ਕਰਾਉਂਦੇ ਸੀ ਆਪਣੇ ਨਾਂ ਦਾ ਵੀ ਅਸੀਂ ਖਾਲਸਾ ਆਂ। ਉਹ ਖਾਲਸਾ ਮੁੱਕ ਗਿਆ ਪੰਜਾਬ ਦੇ ਵਿੱਚੋਂ। ਜੇ ਸਿੰਘ ਨਿਤ ਉੱਠ ਸ਼ਬਦ ਉਚਾਰੈ। ਉਹ ਜਿਹੜੇ ਸਿੰਘ ਸਵੇਰੇ ਉੱਠ ਕੇ 2 ਵਜੇ ਬਾਣੀ ਪੜ੍ਹਦੇ ਸੀ, ਸ਼ਬਦ ਕੀਰਤਨ ਕਰਦੇ ਸੀ, ਲੂਟ ਕੂਟ ਨਿਤ ਤੁਰਕਨ ਮਾਰੈ। ਜਿਹੜੇ ਸਿੰਘ ਰੋਜ਼ ਲੁੱਟ ਕੁੱਟ ਕਰਦੇ, ਦੰਗੇ ਫਸਾਦ ਕਰਦੇ, ਤੁਰਕਾਂ ਨਾਲ ਜੰਗ ਕਰਦੇ ਸੀ, ਜਪ ਤਪ ਸੰਜਮ ਨੇਮ ਕਰਾਵੈ। ਜਿਹੜੇ ਬੜੇ ਜਪੀ ਤਪੀ ਨੇਮੀ ਕਰਮੀ ਧਰਮੀ ਸਿੰਘ ਸਨ। ਅਕਾਲ ਅਕਾਲ ਕਹਿ ਸੀਸ ਚੜਾਵੈ। ਸ੍ਰੀ ਅਕਾਲ, ਅਕਾਲ, ਅਕਾਲ ਦੇ ਜਕਾਰੇ ਗਾਉਂਦੇ ਸੀ। ਅਬ ਹੈ ਤੁਮ ਹੀ ਸੇ ਊਹਾਂ ਸਿੰਘ। ਉਹ ਮੁੱਕ ਗਏ, ਉਹ ਮਾਰੇ ਗਏ, ਜ਼ਕਰੀਆ ਨੇ ਖਤਮ ਕਰ ਦਿੱਤੇ ਉਹ ਸਾਰੇ। ਹੁਣ ਤੇ ਮਹਤਾਬ ਸਿੰਘ ਤੇਰੇ ਵਰਗੇ ਹੀ ਨੇ, ਜਿਹੋ ਜਿਹਾ ਤੂੰ ਹੈ ਭੱਜ ਕੇ ਆਇਆ, ਉਹੋ ਜੇ ਉਹ ਨੇ ਵਿਚਾਰੇ, ਕੋਈ ਇੱਧਰ ਦਿਨ ਕੱਟ ਰਿਹਾ, ਕੋਈ ਉੱਧਰ ਕੱਟ ਰਿਹਾ। ਉਹ ਸਿੰਘ ਗਏ ਹੁਣ ਜਿਹੜੇ ਅੱਗੇ ਵੈਰੀ ਦੇ ਦੰਦ ਖੱਟੇ ਕਰਦੇ ਸੀ। ਗਏ ਨੱਠ ਕਰ ਲੰਬੀ ਡਿੰਗ। ਲੰਬੀਆਂ ਡਿੰਗਾਂ ਮਾਰ ਕੇ ਭੱਜ ਗਏ ਪੰਜਾਬ ਚੋਂ ਸਿੱਖ। ਦੋਹਰਾ ਇਹ ਸੁਣ ਸਿੰਘ ਜੀ ਚਿੱਪ ਲੱਗੀ, ਜਾਣ ਕਰ ਬਿਛੂ ਡਾਂਕ। ਇਹ ਗੱਲ ਭਾਈ ਮਹਤਾਬ ਸਿੰਘ ਨੂੰ ਇੰਜ ਵੱਜੀ ਜਿਵੇਂ ਬਿਛੂ ਨੇ ਡੰਗ ਮਾਰਿਆ ਹੋਵੇ। ਤਨ ਮਨ ਅਚਬੇ ਬਹੁ ਲੱਗੀ, ਚਿੱਤ ਧਾਰਿਓ ਮਰਨ ਨਿਸ਼ਾਂਕ। ਜਿਵੇਂ ਕਿਸੇ ਨੂੰ ਬਿਛੂ ਲੜਦਾ ਨਾ, ਉਹਦੇ ਤਨ ਨੂੰ ਅਚਵੀ ਲੱਗ ਜਾਂਦੀ ਹੈ, ਉਹ ਬੰਦਾ ਇਹਦਾ ਸਰੀਰ ਉਹਦੇ ਤੋਂ ਬੇਕਾਬੂ ਹੋ ਜਾਂਦਾ, ਉਹਦੀ ਦਰਦ ਸਹੀ ਨਹੀਂ ਜਾਂਦੀ।
ਇਦਾਂ ਭਾਈ ਸਾਹਿਬ ਮਹਤਾਬ ਸਿੰਘ ਕੋਲੋਂ ਸਹਿਣਾ ਬਰਦਾਸ਼ਤ ਕਰਨਾ ਔਖਾ ਹੋ ਗਿਆ। ਸੋਰਠਾ ਮਾੜੀ ਕੰਬੋ ਵਾਲ ਸੁਖਾ ਸਿੰਘ ਤਰਖਾਣ ਥੋ। ਇੱਕ ਤਰਖਾਣ ਸਿੰਘ ਬਰਾਦਰੀ ਵਿੱਚੋਂ, ਤਰਖਾਣਾ ਦੀ ਬਰਾਦਰੀ ਚੋਂ ਸਿੰਘ ਸੀਗਾ। ਮਾੜੀ ਕੰਬੋ ਕੀ ਪਿੰਡ ਹੈ, ਇਹ ਵੀ ਮਾਝੇ ਵਿੱਚ ਜਿੱਥੇ ਭਾਈ ਸੁਖਾ ਸਿੰਘ ਦਾ ਜਨਮ ਹੋਇਆ। ਇਹ ਦਸਾਰਾ ਇਲਾਕਾ ਬਾਬਾ ਦੀਪ ਸਿੰਘ ਦਾ ਪਿੰਡ, ਪਹੁ ਪਿੰਡ ਹੈ, ਨਾਰਲੇ ਵਾਲੇ ਸ਼ਾਮ ਸਿੰਘ ਦਾ ਪਿੰਡ ਹੈ, ਇੱਧਰ ਚਬਾਲ ਆ ਗਿਆ, ਤਰਨ ਤਾਰਨ ਦਾ ਇਲਾਕਾ ਆ ਗਿਆ, ਤੇ ਇੱਧਰ ਭਿੱਖੀ ਪਿੰਡ ਦਾ ਇਲਾਕਾ, ਬਾਬੇ ਤਾਰਾ ਸਿੰਘ ਡਲਵਾਂ ਦਾ ਪਿੰਡ, ਵਿੱਚੇ ਇੱਧਰ ਮਾੜੀ ਕੰਬੋਕੀ ਪਿੰਡ ਸੁਣੀਦਾ ਹੈ, ਕੰਬੋਕੀ ਮਾੜੀ। ਇਸ ਪਿੰਡ ਦਾ ਤਰਖਾਣ ਜਾਤੀ ਦਾ ਸਿੰਘ ਸੀਗਾ, ਰਾਮਗੜੀ ਜਿਨ੍ਹਾਂ ਨੂੰ ਕਹਿੰਦੇ ਮਿਸਤਰੀ, ਉਹ ਤਰਖਾਣ ਬਰਾਦਰੀ ਚੋਂ ਸੁਖਾ ਸਿੰਘ, ਬੜਾ ਸੂਰਮੀ ਯੋਧਾ ਬਹਾਦਰ ਸੀ। ਮਹਤਾਬ ਸਿੰਘ ਕੇ ਨਾਲ ਆਇਓ ਦੂਜੋ ਸਿਦਕ ਕਰ। ਇਹ ਕਹਿਣ ਲੱਗਾ ਮਹਤਾਬ ਸਿੰਘ, ਮੈਂ ਤੇਰੇ ਨਾਲ ਚੱਲਾਂਗਾ, ਚੱਲ ਆਪਾਂ ਚੱਲ ਕੇ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਨੂੰ ਠੱਲ ਪਾਵਾਂਗੇ, ਵੇਖਾਂਗੇ ਕਿਹੜਾ ਮੱਸਾ ਰੰਗੜ ਹੈ। ਮਹਤਾਬ ਸਿੰਘ ਤੇ ਸੁਖਾ ਸਿੰਘ ਦੋਵੇਂ ਅਰਦਾਸਾਂ ਸੋਧ ਕੇ ਖਾਲਸੇ ਪੰਥ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਲੈ ਕੇ ਚੱਲ ਪਏ। ਜਾਓ ਭਾਈ ਉੱਠ ਕਰ ਸਿੰਘ ਜੀ ਫਤਿਹ ਬੁਲਾਈ। ਦੋਵਾਂ ਨੇ ਖਾਲਸੇ ਦੇ ਦੀਵਾਨ ਵਿੱਚ ਉੱਠ ਕੇ ਫਤਿਹ ਗਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਰਨ ਛੋਹੇ ਸਿੰਘ ਆਗਿਆ ਪਾਈ। ਔਰ ਸਿੰਘਾਂ ਦੇ ਚਰਨਾਂ ਨੂੰ ਹੱਥ ਲਾ ਕੇ ਮੱਥੇ ਨੂੰ ਲਾਇਆ, ਕਿਉਂਕਿ ਖਾਲਸੇ ਦੇ ਚਰਨਾਂ 'ਚ ਉਹ ਬਰਕਤਾਂ ਹਨ ਜਿਹੜੀਆਂ ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪਾਈਆਂ ਨੇ। ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਸਿੰਘਾਂ ਨੂੰ ਨਮਸਕਾਰ ਕਰਕੇ ਫਤਿਹ ਗਜਾ ਕੇ ਇਹ ਦੋਵੇਂ ਸਿੰਘ ਘੋੜਿਆਂ ਤੇ ਸਵਾਰ ਹੋ ਗਏ। ਹਮ ਮਾਰੇ ਜਾਏ ਤੁਰਕਣ ਤਾਈ। ਕਹਿਣ ਲੱਗੇ ਦੇਖਦਿਆਂ ਕਿਹੜਾ ਮੱਸਾ ਰੰਗੜ ਹੈ, ਸਿਰ ਵੱਢ ਕੇ ਲਿਆਵਾਂਗੇ। ਚਰਨ ਛੂਹੋ ਮੈਂ ਖਾਲਸੇ ਆਈ। ਭਾਈ ਸਾਹਿਬ ਮਹਤਾਬ ਸਿੰਘ ਤੇ ਸੁਖਾ ਸਿੰਘ ਕਹਿਣ ਲੱਗੇ, ਸਿੰਘੋ ਜੇ ਗੁਰੂ ਰਾਮਦਾਸ ਪਾਤਸ਼ਾਹ ਦੀ ਕਿਰਪਾ ਹੋਈ, ਸਿਰ ਵੱਢ ਕੇ ਤੁਹਾਡੇ ਕੋਲ ਇੱਥੇ ਬੀਕਾਨੇਰ ਪਹੁੰਚਾ ਦਿਆਂਗੇ, ਔਰ ਤੁਹਾਨੂੰ ਤੁਹਾਡੇ ਚਰਨ ਛੂਹਾਂਗੇ ਆ ਕੇ ਅਸੀਂ। ਜੇਕਰ ਸੀਸ ਲੱਗੇ ਗੁਰ ਅਰਥ। ਜੇ ਗੁਰੂ ਵਾਸਤੇ ਸਾਡਾ ਸੀਸ ਲਿਖੇ ਲੱਗ ਜਾਵੇ। ਧਨ ਜਨਮ ਧਨ ਮਰਨ ਸਮਰੱਥ। ਸਾਡਾ ਜਨਮ ਜੀਵਨ ਸਫਲ ਹੋ ਜਾਏਗਾ, ਜੇ ਮਾਰੇ ਗਏ ਤਾਂ ਵੀ ਸਫਲ ਹਾਂ, ਜੇ ਮਾਰ ਕੇ ਆ ਗਏ ਤਾਂ ਵੀ ਸਫਲ ਹਾਂ, ਪਰ ਛੱਡਦੇ ਨੀ, ਮਾਰ ਕੇ ਹੀ ਆਵਾਂਗੇ। ਤੁਰਕਨ ਲੜਨਾ ਮਰਨੋ ਡਰੇ। ਤੁਰਕ ਤੋਂ ਅਸੀਂ ਨਾ ਡਰਦੇ ਹਾਂ ਲੜਨ ਤੋਂ ਨਾ ਮਰਨ ਤੋਂ। ਧ੍ਰਿਕ ਤਿਸ ਜਨਨੀ ਧ੍ਰਿਕ ਪਿਤ ਕਰੇ। ਜਿਹੜਾ ਡਰੇ ਤੁਰਕਾਂ ਤੋਂ ਲੜਨ ਮਰਨ ਤੋਂ, ਉਹਦੇ ਮਾਂ ਨੂੰ ਤੇ ਉਹਦੇ ਪਿਤਾ ਨੂੰ ਵੀ ਲਾਹਨਤ ਹੈ। ਧ੍ਰਿਕ ਉਹਦੀ ਮਾਂ ਤੇ ਧ੍ਰਿਕ ਉਹਦਾ ਪਿਤਾ। ਹਾਂਜੀ। ਦੋਹਰਾ ਮਰਨੇ ਤੇ ਕਿਆ ਡਰਪਣਾ ਲੈ ਪਾਹੁਲ ਖੰਡੇ ਧਾਰ। ਖੰਡੇ ਦੀ ਪੌਲ ਲਈ ਹੈ, ਹੁਣ ਮਰਨ ਦਾ ਡਰ ਕਾਹਦਾ, ਜਦੋਂ ਅੰਮ੍ਰਿਤ ਹੀ ਖੰਡੇ ਦਾ ਛਕ ਲਿਆ। ਦੁਨੀਆਂ 'ਚ ਅਨੇਕ ਪ੍ਰਕਾਰ ਦੀ ਪੌਲ ਹੈ, ਸਾਧੂ ਸੰਤ ਮਹਾਂਪੁਰਸ਼ ਆਪਣੇ ਆਪਣੇ ਤਰੀਕੇ ਨਾਲ ਦੀਕਸ਼ਾ ਦਿੰਦੇ ਹੈ। ਕਲਗੀਧਰ ਨੇ ਖੰਡੇ ਨਾਲ ਦਿੱਤੀ ਹੈ। ਖੰਡੇ ਨਾਲ ਅੰਮ੍ਰਿਤ ਦੇਣ ਦਾ ਮਤਲਬ ਹੈ ਖੰਡੇ ਦੀ ਧਾਰ 'ਤੇ ਨੱਚਣਾ, ਸ਼ਹੀਦੀ ਪਾਉਣ ਨੂੰ ਤਿਆਰ ਬਰ ਤਿਆਰ ਰਹਿਣਾ। ਅਸੀਂ ਤਾਂ ਹਰ ਵੇਲੇ ਮੌਤ ਤਲੀ 'ਤੇ ਧਰੀ ਹੋਈ ਹੈ, ਜਾਨ ਤੇ ਪਰਵਾਨ ਹੈ ਸਾਨੂੰ। ਜਬ ਹੱਥ ਸਿਧੌਰਾ ਲੈ ਤੁਰੇ ਮਰਨੋ ਡਰੇ ਨਾ ਨਾਰ। ਸਿੰਘ ਕਹਿੰਦੇ ਇੱਕ ਇਸਤਰੀ ਜਦੋਂ ਹੱਥ ਵਿੱਚ ਸਿਧੌਰਾ ਲੈ ਕੇ ਤੁਰਦੀ ਹੈ, ਉਹ ਮੌਤ ਤੋਂ ਨਹੀਂ ਡਰਦੀ। ਪੁਰਾਣੇ ਜ਼ਮਾਨੇ 'ਚ ਸਤੀ ਦਾ ਰਿਵਾਜ ਸੀਗਾ, ਪਤੀ ਮਰ ਜਾਵੇ, ਘਰ ਵਾਲੀ ਨਾਲ ਸਤੀ ਹੁੰਦੀ ਸੀ ਚਿਖਾ ਦੇ ਵਿੱਚ। ਉਹ ਕੱਪੜੇ ਬੜੇ ਨਵੇਂ ਪਾਉਂਦੀ ਸੀ, ਸਾਫ਼ ਸੁਥਰੇ ਧੋਏ ਹੋਏ, ਜਾਂ ਕਹਿ ਲਓ ਨਵੇਂ ਕੱਪੜੇ ਸਵਾ ਕੇ। ਜੇ ਪਤੀ ਨੂੰ ਕਫ਼ਨ ਪਾਇਆ ਤੇ ਉਹਨੇ ਨਵੇਂ ਕੱਪੜੇ ਪਾਉਣੇ ਨੇ, ਸ਼ਿੰਗਾਰ ਪੂਰਾ ਕਰਨਾ, ਅਤੇ ਫਿਰ ਉਸਨੇ ਇਸ਼ਨਾਨ ਕਰਕੇ ਨਵੇਂ ਕੱਪੜੇ ਪਾ ਕੇ ਸਤੀ ਨੇ ਤਿੰਨ ਚਾਰ ਚੀਜ਼ਾਂ ਹੱਥ 'ਚ ਲੈਂਦੀ ਸੀ, ਉਹਨੂੰ ਸਿੰਧੌਰਾ ਕਹਿੰਦੇ ਸੀਗੇ। ਇੱਕ ਤਾਂ ਨਾਰੀਅਲ ਰੱਖਦੀ ਸੀ, ਇੱਕ ਨਾਲ ਸੰਧੂਰ ਰੱਖਦੀ ਸੀ, ਥੋੜ੍ਹੇ ਜਿਹੇ ਚਾਵਲ ਰੱਖਦੀ ਸੀ, ਅਤੇ ਥੋੜ੍ਹਾ ਜਿਹਾ ਹਰਾ ਜਿਹਾ ਘਾਹ, ਉਹ ਜੋ ਰੀਤੀ ਰਿਵਾਜ ਹੈ ਹਿੰਦੂ ਧਰਮ ਦਾ, ਉਹਦੇ ਮੁਤਾਬਕ ਲੈ ਕੇ ਉਹ ਥਾਲੀ ਦੇ ਵਿੱਚ, ਅਤੇ ਆਪਣੇ ਪਤੀ ਦੀ ਚਿਖਾ ਦੀਆਂ ਪਰਿਕਰਮਾ ਕਰਦੀ ਸੀ। ਫਿਰ ਉਹ ਚਿਖਾ ਦੇ ਉੱਪਰ ਬੈਠ ਕੇ ਆਲੇ ਦੁਆਲੇ ਸਾਰਿਆਂ ਦੇ ਉੱਤੇ ਇੱਦਾਂ ਪ੍ਰਸ਼ਾਦ ਨਾਲ ਸੰਧੂਰ ਛਿੜਕ ਦਿੰਦੀ ਸੀ, ਉਹਨੂੰ ਕਹਿੰਦੇ ਸੀ ਸਤੀ ਦਾ ਪ੍ਰਸ਼ਾਦ। ਜਦੋਂ ਸਤੀ ਸਾਰਿਆਂ ਦੇ ਪ੍ਰਸ਼ਾਦ ਛਿੜਕ ਦਿੰਦੀ ਸੀ, ਫਿਰ ਅੱਗ ਬਲਦੀ ਸੀ, ਉਹਦੇ 'ਚ ਸੜ ਕੇ ਸੁਆਹ ਹੋ ਜਾਂਦੀ ਸੀ। ਹੁਣ ਮਹਾਰਾਜ ਕਹਿੰਦੇ ਮਰਨੇ ਤੇ ਕਿਆ ਡਰਪਣਾ, ਜਬ ਹੱਥ ਸਿਧੌਰਾ ਲੀਨ। ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਭਗਤ ਕਬੀਰ ਸਾਹਿਬ ਦੇ ਬਚਨ ਨੇ, ਜੇ ਮੌਤ ਤੋਂ ਹੁਣ ਕੀ ਡਰਨਾ, ਜੇ ਹੱਥ ਸਿਧੌਰ ਦੀ ਡੱਬੀ ਫਾੜ ਹੀ ਲਈ ਹੈ, ਹੁਣ ਤਾਂ ਸਤੀ ਹੋਣਾ ਹੀ ਹੋਣਾ। ਇੱਦਾਂ ਇਹ ਭਾਈ ਮਹਤਾਬ ਸਿੰਘ ਤੇ ਸੁਖਾ ਸਿੰਘ ਦੀ ਤਿਆਰੀ ਕਰਕੇ ਤੁਰ ਪਏ। ਜਾਓ ਭਾਈ ਕਰਮ ਕਰਮ ਕਰ ਸਿੰਘ ਵਤਨੀ ਆਏ। ਕਰਮ ਕਰਮ ਕਰਦੇ ਬੜੀ ਤੇਜ਼ੀ ਨਾਲ ਉਹ ਬੁੱਢੇ ਜੋੜ ਤੋਂ ਚੱਲੇ ਤੇ ਸ੍ਰੀ ਅੰਮ੍ਰਿਤਸਰ ਮਾਝੇ ਨੂੰ ਤੁਰ ਪਏ। ਰਸਤੇ 'ਚ ਕਹਿੰਦੇ ਹੈ
ਬਾਬਾ ਦੀਪ ਸਿੰਘ ਜੀ ਦੇ ਕੋਲ ਪਹੁੰਚੇ, ਉੱਥੇ ਵਿਚਾਰ ਚੱਲ ਰਹੀ ਸੀ ਦਸਮ ਦੀ ਬਾਣੀ ਬਾਰੇ। ਅੱਜ ਕੱਲ੍ਹ ਵੀ ਚੱਲਦੀ ਹੈ, ਪਰ ਅੱਜ ਕੱਲ੍ਹ ਪੰਥ ਵਿਰੋਧੀ ਕਰਦੇ ਆ ਵਿਚਾਰਾਂ ਇਹੋ ਜਿਹੀਆਂ। ਉਦੋਂ ਸਿਆਣੇ ਸਿੰਘ ਇਹ ਵਿਚਾਰ ਕਰ ਰਹੇ ਸੀ ਵੀ ਦਸਮ ਦੀ ਬੀੜ ਇੱਕੋ ਰੱਖੀ ਜਾਵੇ ਜਾਂ ਦਸਮ ਦੀ ਬੀੜ ਭਾਈ ਮਨੀ ਸਿੰਘ ਨੇ ਜਿਹੜੀ ਲਿਖੀ ਆ ਉਹਨੂੰ ਵੱਖਰਾ ਵੱਖਰਾ ਕਰ ਦਿੱਤਾ ਜਾਵੇ। ਤਿੰਨ ਤਰ੍ਹਾਂ ਦੀ ਬਾਣੀ ਹੈ। ਇੱਕ ਤਾਂ ਉਹ ਬਾਣੀ ਹੈ ਦਸਮ ਪਾਤਸ਼ਾਹ ਦੀ ਜਿਹੜੀ ਅਕਾਲ ਪੁਰਖ ਦੀ ਉਸਤਤ ਵਿੱਚ ਹੈ, ਜਾਪ ਸਾਹਿਬ ਅਕਾਲ ਉਸਤਤ 33 ਸਵਈਏ। ਦੂਜੀ ਉਹ ਬਾਣੀ ਹੈ ਜਿਹੜੀ ਯੁੱਧਮਈ ਜੰਗਮਈ ਹੈ, ਇਤਿਹਾਸ ਹੈ ਰਾਮਚੰਦਰ ਜੀ ਦਾ, ਕ੍ਰਿਸ਼ਨ ਜੀ ਦਾ, ਯੋਧਿਆਂ ਦਾ, ਬਹਾਦਰਾਂ ਦਾ, ਜਿਹੜੇ ਖੰਡੇ ਮਾਰਦੇ ਰਹੇ ਮੈਦਾਨੇ ਜੰਗ ਵਿੱਚ ਲੱਖਾਂ ਕਰੋੜਾਂ ਨਾਲ ਲੜਦੇ ਰਹੇ, ਉਹਨਾਂ ਦੀ ਕਥਾ ਹੈ। ਤੀਸਰੀ ਬਾਣੀ ਇਸਤਰੀਆਂ ਦੇ ਚਰਿੱਤਰ ਹਨ, ਛਲ ਕਪਟ ਤੋਂ ਕਿਵੇਂ ਬਚਣਾ। ਉਹ ਜਿਹੜੇ ਤਿੰਨ ਤਰ੍ਹਾਂ ਦੇ ਵਿੱਚ ਚੈਪਟਰ ਹਨ, ਕੁਝ ਸਿੰਘ ਕਹਿੰਦੇ ਸੀ ਵੀ ਇਹਨਾਂ ਨੂੰ ਵੱਖਰਾ ਵੱਖਰਾ ਕਰ ਦਈਏ, ਕੁਝ ਕਹਿੰਦੇ ਸੀ ਇਕੱਠਾ ਹੀ ਰਹਿਣ ਦਈਏ ਗੁਰੂ ਦੀ ਬਾਣੀ ਨੂੰ। ਬਾਬਾ ਦੀਪ ਸਿੰਘ ਜੀ ਸਿੰਘਾਂ ਦੀ ਰਾਏ ਲੈ ਰਹੇ ਸੀ, ਬਾਣੀ ਦੀ ਸੁਧਾਈ ਹੋ ਰਹੀ ਸੀ। ਰਸਤੇ 'ਚ ਭਾਈ ਮਹਤਾਬ ਸਿੰਘ ਅਤੇ ਭਾਈ ਸੁੱਖਾ ਸਿੰਘ ਜੀ ਆ ਕੇ ਬਾਬਾ ਦੀਪ ਸਿੰਘ ਜੀ ਨੂੰ ਮਿਲੇ, ਜਲ ਪ੍ਰਸ਼ਾਦਾ ਛਕਿਆ ਦਮਦਮੇ। ਫਿਰ ਬਾਬਾ ਦੀਪ ਸਿੰਘ ਨੇ ਪੁੱਛਿਆ ਵੀ ਸਿੰਘੋ, ਤੁਸੀਂ ਅੰਮ੍ਰਿਤਸਰ ਜਾ ਰਹੇ ਹੋ, ਤੁਸੀਂ ਵੀ ਗੁਰੂ ਦੇ ਪਿਆਰੇ ਹੋ, ਤੁਸੀਂ ਰਾਏ ਦਿਓ ਵੀ ਅਸੀਂ ਬੀੜ ਇਕੱਠੀ ਰੱਖੀਏ ਦਸਮ ਪਾਤਸ਼ਾਹ ਦੀ ਕਿ ਵੱਖਰੀ ਵੱਖਰੀ ਕਰ ਦਈਏ। ਭਾਈ ਮਹਤਾਬ ਸਿੰਘ ਕਹਿੰਦੇ, ਬਾਬਾ ਜੀ ਅਸੀਂ ਤੁਹਾਡੇ ਬੱਚੇ ਹਾਂ, ਤੁਸੀਂ ਸਾਡੇ ਬਜ਼ੁਰਗ ਹੋ, ਸਿਆਣੇ ਹੋ, ਅਸੀਂ ਤੁਹਾਨੂੰ ਕੀ ਰਾਏ ਦੇ ਸਕਦੇ ਹਾਂ। ਪਰ ਜੇ ਸਾਨੂੰ ਪੁੱਛਿਆ ਤਾਂ ਅਸੀਂ ਇਹ ਕਹਿੰਦੇ ਹਾਂ ਵੀ ਤੁਸੀਂ ਅਰਦਾਸ ਕਰੋ, ਤੁਸੀਂ ਬਜ਼ੁਰਗ ਹੋ, ਅਰਦਾਸ ਕਰੋ, ਅਸੀਂ ਹਰਿਮੰਦਰ ਸਾਹਿਬ ਜਾਵਾਂਗੇ, ਮੱਸੇ ਰੰਗੜ ਦਾ ਸਿਰ ਵੱਢ ਕੇ ਜਿਉਂਦੇ ਜੇ ਤੁਹਾਡੇ ਕੋਲ ਆ ਗਏ ਉਹਦਾ ਸਿਰ ਲੈ ਕੇ, ਅਤੇ ਦਸਮ ਦੀ ਬੀੜ ਇਕੱਠੀ ਰਹਿਣ ਦਿਆ ਜੇ, ਅਤੇ ਜੇ ਅਸੀਂ ਉੱਥੇ ਸ਼ਹੀਦੀ ਪਾ ਗਏ ਅਤੇ ਬੀੜ ਵੱਖਰੀ ਵੱਖਰੀ ਕਰ ਦਿਆ ਜੇ। ਬਾਬਾ ਦੀਪ ਸਿੰਘ ਨੇ ਵੀ ਅਰਦਾਸਾ ਸੋਧ ਦਿੱਤਾ। ਇਹ ਸਾਰੇ ਸਿੰਘਾਂ ਨੇ ਜਕਾਰੇ ਗਜਾ ਕੇ ਇਹਨਾਂ ਨੂੰ ਦਮਦਮੇ ਤੋਂ ਵੀ ਤੋਰ ਦਿੱਤਾ, ਥੋੜ੍ਹਾ ਚਿਰ ਹੀ ਉੱਥੇ ਆਰਾਮ ਕੀਤਾ ਕਿਉਂਕਿ ਕੰਮ ਬੜੀ ਛੇਤੀ ਕਰਨਾ ਸੀ ਜਾ ਕੇ। ਇਹ ਪੰਜਾਬ ਸ੍ਰੀ ਅੰਮ੍ਰਿਤਸਰ ਤਰਨ ਤਾਰਨ ਦੇ ਇਲਾਕੇ ਚ ਪਹੁੰਚ ਗਏ। ਅੰਮ੍ਰਿਤਸਰ ਢਿੱਗ ਫੇਰਨ ਨਾ ਪਾਏ, ਕਿਉਂਕਿ ਅੰਮ੍ਰਿਤਸਰ ਦੇ ਲਾਗੇ ਸਿੱਖਾਂ ਦੇ ਭੇਸ ਚ ਘੁੰਮਣਾ ਬੜਾ ਔਖਾ ਸੀ, ਮੁਸ਼ਕਲ ਸੀ। ਕਰੇ ਸੋਚ ਕਛ ਯਤਨ ਕਮਈਏ, ਸਿਆਣੇ ਸਿੰਘਾਂ ਨੇ ਸਲਾਹ ਕੀਤੀ ਦੋਵਾਂ ਨੇ, ਕੋਈ ਇਹੋ ਜਿਹੀ ਵਿਧ ਬਣਾਈਏ ਵੀ ਆਪਾਂ ਮੱਸੇ ਰੰਗੜ ਤੱਕ ਪਹੁੰਚ ਸਕੀਏ। ਟਕਾ ਭਰਨ ਕੋ ਰੂਪ ਬਣਾਈਏ, ਫਿਰ ਦਿਮਾਗ ਜਾਇਆ ਵੀ ਇੱਕ ਤਰੀਕਾ ਆਪਾਂ ਬਣ ਜਾਈਏ ਨੰਬਰਦਾਰ। ਨੰਬਰਦਾਰ ਪਿੰਡਾਂ ਦਾ ਟੈਕਸਦਾਰ ਆਉਂਦੇ ਨੇ ਚੌਧਰੀ ਮੱਸੇ ਕੋਲ, ਤੇ ਆਪਾਂ ਨੰਬਰਦਾਰ ਵਾਲਾ ਭੇਸ ਬਣਾ ਕੇ ਚੱਲੀਏ। ਦੋਹਰਾ ਸਿੰਘ ਕਹੇ ਹਮ ਜਿਮ ਪੁੱਜੈ, ਕੋਈ ਸਤਿਗੁਰ ਬਾਤ ਬਣਾਓ। ਤੇ ਅਰਦਾਸ ਕੀਤੀ, ਏ ਮਹਾਰਾਜ ਗੁਰੂ ਰਾਮਦਾਸ ਜੀ, ਕੋਈ ਐਸੀ ਵਿਧ ਬਣਾਓ ਕਿ ਅਸੀਂ ਸ੍ਰੀ ਦਰਬਾਰ ਸਾਹਿਬ ਪਹੁੰਚ ਜਾਈਏ। ਜਾਏ ਮੱਸੇ ਕੋ ਸਿਰ ਕੱਟੈ, ਨਹਿ ਰਸਤੇ ਹੋਏ ਅਟਕਾਓ। ਮਹਾਰਾਜ ਆਪ ਸਾਨੂੰ ਮੱਸੇ ਦੇ ਸਿਰ ਤੱਕ ਪਹੁੰਚਾ ਦਿਓ, ਉਦੋਂ ਬਾਅਦ ਭਾਵੇਂ ਸਾਡੀ ਜਾਨ ਲੈ ਲਓ, ਪਰ ਇੱਕ ਵਾਰੀ ਉਹਦਾ ਸਿਰ ਵੱਢ ਦਈਏ, ਇੰਨੀ ਕਿਰਪਾ ਕਰ ਦਿਓ। ਚਾਉ ਪਈ ਸੋ ਸਤਿਗੁਰ ਵਿਧੀ ਬਣਾਈ, ਸੋ ਸਤਿਗੁਰਾਂ ਨੇ ਉਹ ਵਿਧ ਬਣਾ ਦਿੱਤੀ। ਸਿਖਰ ਦੁਪਹਿਰੀ ਮੈਂ ਬਣ ਆਈ, ਭਾਦਰੋਂ ਦਾ ਮਹੀਨਾ ਸੀਗਾ, ਭਾਦਰੋਂ ਦੇ ਮਹੀਨੇ ਦੁਪਹਿਰ ਬੜੀ ਤਪ ਰਹੀ ਸੀ, ਗਰਮੀ ਪੈ ਰਹੀ ਸੀ। ਵਗੀ ਪਵਨ ਬਹੁ ਘਟਾ ਉਡਾਨਾ, ਆ ਤੇਜ ਹਵਾ 33 ਲੂਆਂ ਚੱਲ ਰਹੀਆਂ ਸੀ ਤੇ ਘਟਾ ਉੱਡ ਰਿਹਾ ਸੀ। ਹਿਮ ਕਰ ਲੀਨੋ ਮੁਖ ਛਿਪਾਨਾ, ਇਧਰ ਭਾਈ ਸਾਹਿਬ ਮਹਤਾਬ ਸਿੰਘ ਹੋਰਾਂ ਨੇ ਉਹ ਮਿੱਟੀ ਘੱਟੇ ਦੇ ਉੱਡਣ ਦਾ ਬਹਾਨਾ ਕਰਕੇ ਆਪਣੀ ਪੱਗ ਦਾ ਇੱਕ ਲੜ ਮੂੰਹ ਦੇ ਉੱਤੋਂ ਦੀ ਬੰਨ ਲਿਆ ਤਾਂ ਕਿ ਪਤਾ ਨਾ ਲੱਗੇ ਵੀ ਕੌਣ ਹਨ। ਦੋਹਰਾ ਸਿਖਰ ਦੁਪਹਿਰੀ ਭਾਦਵੇ, ਸੂਰਜ ਅਤ ਤਪਤਾਏ, ਭਾਦਰੋਂ ਦਾ ਦੁਪਹਿਰਾ ਸੀ, ਸੂਰਜ ਤਪ ਰਿਹਾ ਸੀ। ਕਦ ਬਰਸਾ ਕਦ ਉਜੜ, ਬਿਧ ਐਸੀ ਲਈ ਤਕਾਏ, ਕਦੀ ਕਦੀ ਮੀਂਹ ਪੈਂਦਾ ਭਾਦਰੋਂ ਵਿੱਚ ਛੜਾਕਾ ਪੈਂਦਾ, ਕਦੀ ਸਾਫ ਹੋ ਜਾਂਦਾ ਤੇ ਲੂ ਜ਼ਿਆਦਾ ਹੁੰਦੀ, ਥੱਲਿਓ ਭੜਾਸ ਬੜੀ ਨਿਕਲਦੀ ਆ, ਧਰਤੀ ਦੇ ਵਿੱਚੋਂ ਅੱਗ ਨਿਕਲਦੀ ਹੈ ਮੀਂਹ ਪੈਣ ਦੇ ਨਾਲ, ਤੇ ਉਹ ਗਰਮੀ ਭਾਦਰੋਂ ਦੀ ਕਹਿੰਦੇ ਝੱਲੀ ਨਹੀਂ ਜਾਂਦੀ, ਭਾਦਰੋਂ ਦੇ ਵੱਟ ਦਾ ਮਾਰਿਆ ਤੇ ਜੱਟ ਕਹਿੰਦੇ ਜੋਗੀ ਬਣ ਗਿਆ ਸੀ, ਇੰਨੀ ਤੰਗੀ ਹੁੰਦੀ ਹੈ। ਤੋ ਉਹ ਉਸ ਗਰਮੀ ਦੇ ਵਿੱਚ ਚਾਉ ਪਈ ਧੁੱਪ ਲੱਗੀ, ਫੌਜ ਛਾਵੇਂ ਗਈ, ਧੁੱਪ ਲੱਗੀ ਬੜੀ, ਜਿਹੜੀ ਫੌਜ ਸੀ ਨਾ ਮੱਸੇ ਰੰਗੜ ਦੀ, ਉਹ ਦੁਪਹਿਰਾ ਕੱਟਣ ਲਈ ਦਰਖਤਾਂ ਥੱਲੇ ਜਾਂ ਹੋਰ ਛਾਵੇਂ ਸਰੋਵਰ ਦੇ ਪਰਲੇ ਪਾਸੇ ਚਲੀ ਗਈ। ਕਿਸ਼ ਬਰਖਾ ਕਰ ਡੇਰਨ ਵਈ, ਉਹ ਮਾੜੀ ਮੋਟੀ ਮੀਂਹ ਕਣੀ ਵੀ ਪੈਂਦੀ ਸੀ, ਇਸ ਕਰਕੇ ਉਹ ਅੰਦਰ ਵੜ ਗਏ ਛੱਪਰਾਂ ਛੱਛਨਾਂ ਦੇ ਵਿੱਚ। ਮੱਸੇ ਸਾਰੰਗ ਰਾਗ ਗਵਾਇਆ, ਇੱਧਰ ਸ੍ਰੀ ਹਰਿਮੰਦਰ ਸਾਹਿਬ ਦੇ ਐਨ ਵਿਚਕਾਰ ਮੱਸੇ ਨੇ ਪਲੰਘ ਡਾਹਿਆ ਹੋਇਆ ਸੀ ਤੇ ਉੱਤੇ ਬੈਠਾ ਸ਼ਰਾਬ ਪੀ ਰਿਹਾ ਤੇ ਹੁੱਕੇ ਦੇ ਗੁੜ ਗੁੜ ਕਰਦਾ ਸੀ ਤੇ ਨਾਲ ਸਾਰੰਗ ਰਾਗ
ਇਹ ਦੁਪਹਿਰ ਦਾ ਰਾਗ ਹੈ, 12 ਵਜੇ ਤੋਂ ਬਾਅਦ ਸ਼ੁਰੂ ਹੁੰਦਾ ਸਾਰੰਗ ਰਾਗ ਦਾ ਟਾਈਮ, 12 ਤੋਂ ਲੈ ਕੇ 2:30-3 ਵਜੇ ਤੱਕ ਚੱਲਦਾ। ਮੱਸੇ ਸਾਰੰਗ ਰਾਗ ਵਜਵਾਇਆ, ਉਹਨੇ ਸਾਰੰਗ ਰਾਗ ਸਰੰਗੀ ਵਾਲੇ ਤੋਂ ਤੇ ਤਬਲੇ ਵਾਲੇ ਤੋਂ ਉਹ ਸੁਣਿਆ। ਹਾਂਜੀ, ਵਿਚੈ ਮਲਾਰ ਹੈ ਰਾਗ ਅਲਾਇਆ, ਤੇ ਮਲਾਰ ਰਾਗ ਵੀ ਸੁਣਿਆ, ਕਿਉਂਕਿ ਮਲਾਰ ਜਿਹੜਾ ਹੈ ਉਹ ਸਾਵਣ ਭਾਦਰੋਂ ਚ ਪੂਰਾ ਉਹਦਾ ਬਹਾਰ ਹੁੰਦੀ ਹੈ। ਮਲਾਰ ਰਾਗ ਸਾਵਣ ਭਾਦਰੋਂ 24 ਘੰਟੇ ਗਾਇਆ ਜਾ ਸਕਦਾ, ਜਿਵੇਂ ਬਸੰਤ ਰਾਗ ਬਸੰਤ ਰੁੱਤ ਵਿੱਚ 24 ਘੰਟੇ ਗਾਇਆ ਜਾਂਦਾ, ਮਲਾਰ ਰਾਗ ਸਾਵਣ ਭਾਦਰੋਂ 24 ਘੰਟੇ ਗਾਇਆ ਜਾਂਦਾ। ਵਿੱਚੇ ਮਲਾਰ ਤੇ ਵਿੱਚੇ ਸਾਰੰਗ ਦੀਆਂ ਸੁਰਾਂ ਲਾ ਲਾ ਕੇ ਗਵਈਏ ਗੀਤ ਗਾ ਰਹੇ ਸਨ। ਦੋਹਰਾ ਕੋ ਸੁੱਤੋ ਕੋ ਜਾਗਤੋ ਕਿਨੈ ਨਾ ਲਖਿਓ ਭੇਦ, ਕੋਈ ਸੁੱਤਾ ਸੀ ਕੋਈ ਜਾਗਦਾ ਸੀ, ਪਰ ਕਿਸੇ ਨੂੰ ਇਸ ਗੱਲ ਦਾ ਭੇਦ ਨਹੀਂ ਸੀ ਵੀ ਕੀ ਭਾਣਾ ਵਰਤਣ ਲੱਗਾ ਹੈ। ਦਰਵਾਜੇ ਦਰਸ਼ਨੀ ਜਾ ਟੁਕੇ ਉਤਰੇ ਤਹ ਬਿਨ ਖੇਦ, ਸ੍ਰੀ ਹਰਿਮੰਦਰ ਸਾਹਿਬ ਦਾ ਜਿਹੜਾ ਦਰਸ਼ਨੀ ਦਰਵਾਜਾ ਹੈ, ਜਿਹਨੂੰ ਆਪਾਂ ਦਰਸ਼ਨੀ ਡਿਊਟੀ ਕਹਿੰਦੇ ਹਾਂ, ਜਿੱਥੇ ਭਾਈ ਸਾਹਲੋ ਜੀ ਦੀ ਬੇਰੀ ਪੁਰਾਤਨ ਲਾਚੀ ਬੇਰੀ ਹੈ, ਉਹਦੇ ਨੇੜੇ ਜਾ ਪਹੁੰਚੇ ਫਟਾਫਟ ਸਿੰਘ। ਜਾਓ ਭਾਈ ਦੋਈ ਵੱਲ ਦੋਏ ਘੋੜੇ ਲਾਏ, ਤੇ ਦੋਵੇਂ ਘੋੜੇ ਫਟਾਫਟ ਉੱਥੇ ਲਾਚੀ ਬੇਰੀ ਨਾਲ ਬੰਨ ਦਿੱਤੇ, ਦੋਵੇਂ ਬਰਛੇ ਤਹਾਂ ਛੁਪਾਏ, ਬੇਰੀ ਦੇ ਝਾੜ ਦੇ ਵਿੱਚ ਫਟਾਫਟ ਆਪਣੇ ਬਰਛੇ ਵੀ ਛੁਪਾ ਦਿੱਤੇ, ਦੋਵੇਂ ਬਰਛੇ ਤਹਾਂ ਛੁਪਾਏ, ਬਰਛੇ ਉੱਥੇ ਫਟਾਫਟ ਗੁਪਤ ਕਰ ਦਿੱਤੇ। ਬਲਗਨ ਮਹਿ ਤਲਵਾਰ ਲੁਕੋਈ, ਤਲਵਾਰਾਂ ਪਹਿਲਾਂ ਹੀ ਕੁੜਤਿਆਂ ਦੇ ਥੱਲੇ ਕਰ ਲਈਆਂ ਸੀ, ਵੀ ਉੱਪਰ ਲੰਮੇ ਲੰਮੇ ਪੋ ਨੰਬਰਦਾਰਾਂ ਵਾਲੇ ਧੋਤੀ ਵਾਲਾ ਤੇ ਉੱਪਰ ਲੰਮਾ ਕੁੜਤਾ ਹੁੰਦਾ ਨਾ, ਜਿਵੇਂ ਪੰਜਾਬ 'ਚ ਆਮ ਲੋਕ ਜਟਕੇ ਪਾਉਂਦੇ ਹੈ, ਮੁਸਲਮਾਨ ਕੁੜਤਾ ਲੰਮਾ ਪਾਉਂਦੇ ਥੱਲੇ ਧੋਤੀ ਬੰਨਦੇ ਸੀ ਤੇ ਬਾਹਾਂ ਖੁੱਲੀਆਂ ਖੁੱਲੀਆਂ ਹੁੰਦੀਆਂ ਸੀ, ਉਹਦੇ ਵਿੱਚ ਤਲਵਾਰ ਸੌਖੀ ਲੁਕ ਜਾਂਦੀ ਹੈ। ਤਲਵਾਰ ਜਿਹੜੀ ਹੈ ਉਹ ਥੱਲੇ ਲੁਕਾ ਲਈ ਦੋਵਾਂ ਨੇ ਤਲਵਾਰਾਂ, ਤੇ ਪੱਗਾਂ ਜਿਹੜੀਆਂ ਸਿੱਧੀਆਂ ਜਿਹੀਆਂ ਬੰਨ ਲਈਆਂ ਜੱਟਾਂ ਵਾਲੀਆਂ ਸ਼ਮਲੇ 'ਚ ਛੱਡ ਕੇ, ਤੇ ਏਦਾਂ ਬਰਛੇ ਫਟਾਫਟ ਉੱਥੇ ਲੁਕਾ ਕੇ ਤੇ ਤੁਰ ਪਏ। ਜਿਮ ਕਰ ਨਾਹੀ ਟੋਕੇ ਕੋਈ, ਕੋਈ ਟੋਕੇ ਨਾ ਵੀ ਸ਼ਸਤਰ ਕਿਉਂ ਲੈ ਚੱਲੇ ਹੋ ਅੰਦਰ, ਫੌਜ ਨੇ ਸ਼ਸਤਰਾਂ ਵਾਲਿਆਂ ਨੂੰ ਤਾਂ ਅੰਦਰ ਜਾਣ ਨਹੀਂ ਦੇਣਾ, ਸ਼ਸਤਰ ਗੁਪਤ ਕਰ ਲਏ। ਤੇ ਭਾਈ ਮਹਤਾਬ ਸਿੰਘ ਤੇ ਸੁਖਾ ਸਿੰਘ ਜਦੋਂ ਡਿਊਟੀ ਤੇ ਪਹੁੰਚੇ ਨਾ, ਉਹ ਪਹਿਰੇਦਾਰ ਇਹ ਖੜਾ ਸੀਗਾ, ਉਹ ਕਹਿੰਦਾ ਕਿੱਥੋਂ ਆਏ ਹੋ ਨੰਬਰਦਾਰੋ? ਕਹਿੰਦੇ ਜੀ ਪੱਟੀ ਤੋਂ ਆਏ ਆ। ਕਹਿੰਦੇ ਕੀ ਕੰਮ ਹੈ? ਉਹ ਠੀਕਰੀਆਂ ਦੇ ਥੈਲੇ ਭਰ ਕੇ ਰੱਖੇ ਸੀ ਮੋਢਿਆਂ ਦੇ ਉੱਤੇ। ਕਹਿੰਦੇ ਇਹ ਨਾ ਸਾਡਾ ਚੌਧਰੀ ਸਾਹਿਬ ਹੋਰਾਂ ਦਾ ਬੜਾ ਹਿਸਾਬ ਕਿਤਾਬ ਲੰਮਾ ਚੌੜਾ ਰਹਿੰਦਾ, ਕਈ ਮਹੀਨਿਆਂ ਦਾ, ਉਹਦਾ ਕਰਜ਼ਾ ਲਾਉਣ ਆਏ ਆ, ਉਹਦਾ ਟੈਕਸ ਤਾਰਨ ਆਏ ਆ, ਮਾਮਲਾ ਤਾਰਨ ਆਏ ਆ। ਉਹ ਪਹਿਰੇਦਾਰਾਂ ਨੂੰ ਹੁੰਦਾ ਵੀ ਆਉਂਦਾ ਜਾਂਦਾ ਕੋਈ, ਉਹਨਾਂ ਦਾ ਵੀ ਮੂੰਹ ਮਿੱਠਾ ਕਰਾ ਜਾਂਦਾ। ਕਹਿੰਦੇ ਮੇਰਾ ਵੀ ਕੋਈ ਮੂੰਹ ਮਿੱਠਾ ਕਰਾਓਗੇ? ਕਹਿੰਦੇ ਪਹਿਲਾਂ ਚੌਧਰੀ ਸਾਹਿਬ ਨੂੰ ਖੁਸ਼ ਕਰ ਲਈਏ, ਆਉਂਦਿਆਂ ਤੇਰਾ ਵੀ ਨਿਹਾਲ ਕਰ ਦਿਆਂਗੇ। ਉਹਨੇ ਤੋਰ ਦਿੱਤਾ ਦੇ ਸ੍ਰੀ ਹਰਿਮੰਦਰ ਸਾਹਿਬ ਦੇ ਪੁਲ ਤੇ ਭਾਈ ਸੁਖਾ ਸਿੰਘ ਤੇ ਭਾਈ ਮਹਤਾਬ ਸਿੰਘ ਤੁਰੇ ਜਾ ਰਹੇ। ਹਾਂਜੀ, ਕੋ ਜਾਣੈ ਕੋ ਆਏ ਸਿਪਾਹੀ, ਕੀ ਜਾਣੇ ਕੌਣ ਆ ਰਹੇ ਨੇ ਕਿ ਮੌਤ ਆ ਰਹੀ ਹੈ। ਮਾਲ ਲਿਆਏ ਕਰ ਉਗਰਾਹੀ, ਉਹ ਤੇ ਸਮਝਦੇ ਵੀ ਤੇ ਮਾਮਲਾ ਲੈ ਕੇ ਆਏ, ਉਗਰਾਹੀ ਕਰਕੇ ਚੰਗਾ ਮਾਲ ਆਇਆ, ਸੋਨੇ ਦੀਆਂ ਮੋਹਰਾਂ ਆਈਆਂ ਨੇ। ਕਿਛ ਬਾਜੈ ਕਿਛ ਗਾਜੈ ਪਰੇ, ਅੰਦਰ ਵਾਜੇ ਗਾਜੇ ਚੱਲ ਰਹੇ ਸੀ, ਸਾਰੰਗੀ ਚੱਲ ਰਹੀ ਸੀ, ਤਬਲਾ ਵੱਜ ਰਿਹਾ ਸੀ। ਤੇ ਭਾਈ ਗਿਆਨੀ ਗਿਆਨ ਸਿੰਘ ਦੇ ਪੰਥ ਪ੍ਰਕਾਸ਼ ਇੱਕ ਬੜਾ ਸੋਹਣਾ ਰੂਪਕ ਅਲੰਕਾਰ ਬੰਨਿਆ, ਉਹ ਕਹਿੰਦੇ ਆ, ਕਹਿੰਦੇ ਡੂਬਿਓ ਡੂਬਿਓ ਤਬਲੇ ਕੇ ਤਾਨ ਨੇ ਬਤਾਇਓ ਹੈ। ਉਹ ਤਬਲਾ ਵੱਜ ਰਿਹਾ ਡੁੱਬ ਡੁੱਬ ਕਰਕੇ, ਉਹ ਕਹਿੰਦਾ ਡੁੱਬ ਗਏ ਡੁੱਬ ਗਏ ਡੁੱਬ ਗਏ। ਤੇ ਸਾਰੀ ਕਹਿੰਦੀ ਕੌਣ 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 ਡੁੱਬੇ? ਉਹ ਜਿਹੜੀ ਨੱਚਣ ਵਾਲੀ ਕਹਿੰਦੀ ਏਦਾਂ ਹੱਥ ਕਰ ਕਰਕੇ, ਕਹਿੰਦੀ ਆਹ ਡੁੱਬੇ। ਭਾਈ ਸਾਹਿਬ ਗਿਆਨ ਸਿੰਘ ਲਿਖਦੇ ਆ, ਕਹਿੰਦੇ ਕੁਦਰਤ ਬੋਲ ਰਹੀ ਸੀ ਉੱਥੇ, ਤਬਲਾ ਤੇ ਕਹਿੰਦਾ ਡੁੱਬ ਗਏ ਡੁੱਬ ਗਏ ਡੁੱਬ ਗਏ। ਉਧਰੋਂ ਸਿੰਘ ਤੁਰੇ ਆਉਂਦੇ ਆ, ਸਾਰੰਗੀ ਕਹਿੰਦੀ ਕੌਣ ਕੌਣ ਕੌਣ, ਤੇ ਉਹ ਵੇਸ਼ਵਾ ਨੱਚਦੀ ਹੋਈ ਜਿਹੜੀ ਉਹ ਏਦਾਂ ਹੱਥ ਕਰਦੀ ਹੈ ਨਾ, ਉਹ ਕਹਿੰਦੀ ਆ ਡੁੱਬਣਗੇ ਸਾਰੇ, ਮੱਸੇ ਵੱਲ ਹੱਥ ਕਰਦੀ ਹੈ। ਇੰਨੇ ਨੂੰ ਭਾਈ ਸਾਹਿਬ ਮਹਤਾਬ ਸਿੰਘ ਤੇ ਸੁਖਾ ਸਿੰਘ ਸ੍ਰੀ ਦਰਬਾਰ ਸਾਹਿਬ ਦੀ ਸਰਦਲ ਦੇ ਉੱਤੇ ਪਹੁੰਚ ਗਏ। ਹਾਂਜੀ, ਔਰ ਦੇਖਾ ਹੈ ਬਹੁ ਨਟਨੀ ਖਰੇ, ਅੱਗੇ ਉਸ ਵੇਸ਼ਿਆ ਦੇ ਨਾਚ ਵਿੱਚ ਤੇ ਸ਼ਰਾਬ ਦੇ ਨਸ਼ੇ 'ਚ ਸਾਰੇ ਮਸਤ ਹੋਏ ਪਏ ਸੀਗੇ, ਕਿਸੇ ਨੂੰ ਕੀ ਪਤਾ ਸੀ ਕੀ ਭਾਣਾ ਵਰਤਣ ਲੱਗਾ। ਆਉਂਦਿਆਂ ਭਾਈ ਸਾਹਿਬ ਮਹਤਾਬ ਸਿੰਘ ਤੇ ਸੁਖਾ ਸਿੰਘ ਨੇ ਇੱਦਾਂ ਜਦੋਂ ਸਿਰ ਇੱਦਾਂ ਕੀਤਾ ਨਾ, ਮੱਸੇ ਨੇ ਸਮਝਿਆ ਵੀ ਸ਼ਾਇਦ ਮੈਨੂੰ ਸਲਾਮ ਕਰ ਰਹੇ ਨੇ, ਉਹਦਾ ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਨਮਸਕਾਰ ਕਰ ਰਹੇ ਸੀ, ਪਰ ਮੱਸੇ ਨੇ ਸੋਚਿਆ ਵੀ ਨੰਬਰਦਾਰ ਚੌਧਰੀ ਨੂੰ ਮੱਥਾ ਟੇਕ ਰਹੇ, ਮੈਨੂੰ ਟੇਕ ਰਹੇ ਆ। ਹਾਂਜੀ, ਸਿੰਘਣ ਕੋ ਤਹ ਲੱਗ ਗਏ ਦਾਵ, ਸਿੰਘ ਅੰਦਰ ਜਾ ਪਹੁੰਚੇ, ਦਾਅ ਲੱਗ ਗਿਆ। ਮੱਸਾ ਰੰਗੜ ਬੋਲਿਆ, ਹਾਂ ਵੀ ਕੌਣ? ਕਹਿੰਦਾ ਜੀ ਪੱਟੀ ਦੇ ਨੰਬਰਦਾਰ ਆ ਜੀ। ਮਹਤਾਬ ਸਿੰਘ ਕਹਿੰਦਾ
ਕੀ ਲਿਆਏ ਹੋ? ਮਹਾਰਾਜ ਬੜੇ ਚਿਰਾਂ ਦਾ ਮਾਮਲਾ ਰਹਿੰਦਾ ਸੀ, ਉਹ ਲੈ ਕੇ ਆਏ ਆ ਇਕੱਠਾ ਕਰਕੇ ਤੇ ਸਰਾਣੇ ਵਾਲੇ ਪਾਸੇ ਸੁੱਟਿਆ, ਜਾਣ ਕੇ ਪ੍ਰਤਾਪ ਸਿੰਘ ਤੇ ਸਰਾਣੇ ਵਾਲੇ ਪਾਸੇ ਜਦੋਂ ਸੁੱਟਿਆ ਨਾ ਤੇ ਕਿੰਨਾ ਕੁ ਲੈ ਕੇ ਆਏ ਹੋ? ਕਹਿੰਦੇ ਜਨਾਬ ਆਪ ਹੀ ਵੇਖ ਲਓ, ਅੱਗੇ ਹੋਇਆ ਸ਼ਰਾਬ ਦਾ ਨਸ਼ਾ ਬਹੁਤਾ ਦਿਮਾਗ ਤੇ ਚੜਿਆ ਸੀ, ਪਤਾ ਨੀ ਕਿੰਨੀ ਕੁ ਪੀਤੀ ਹੋਈ ਸੀ, ਉੱਤੇ ਹੁੱਕਾ ਪੀਤਾ ਸੀਗਾ ਤੇ ਏਦਾਂ ਕਰਕੇ ਜਦੋਂ ਸੱਜਾ ਹੱਥ ਉਹ ਥੱਲਿਓ ਚੁੱਕਣ ਲੱਗਾ ਨਾ, ਆਹ ਪਾਸਾ ਖਾਲੀ ਹੋ ਗਿਆ। ਭਾਈ ਸਾਹਿਬ ਮਹਤਾਬ ਸਿੰਘ ਜੀ ਦੇ ਇੱਥੋਂ ਹੀ ਸ੍ਰੀ ਸਾਹਿਬ, ਤੁਸੀਂ ਦੇਖਿਆ ਹੋਣਾ ਕਈ ਨਿਹੰਗ ਸਿੰਘ ਏਦਾਂ ਪੁੱਠੀ ਪਾਉਂਦੇ ਆ, ਉਹ ਪੁੱਠੀ ਨਹੀਂ ਹੁੰਦੀ ਅਸਲ, ਸਿੱਧੀ ਹੁੰਦੀ ਹੈ। ਉਹ ਕਿਉਂ ਹੁੰਦੀ ਹੈ? ਉਹ ਸਿੱਧੀ ਏਦਾਂ ਹੀ ਆਉਂਦੀ ਹੈ, ਕੱਢ ਕੇ ਏਦਾਂ ਕਰਕੇ ਫਿਰ ਏਦਾਂ ਮਾਰਨ ਟਾਈਮ ਲੱਗਦਾ। ਏਦਾਂ ਪਾਈ ਹੋਈ ਸੀ ਕੁੜਤੇ ਦੇ ਥੱਲਿਓ, ਏਦਾਂ ਸਿੱਧੀ ਝਾੜ ਦਿੱਤੀ ਸਿਰ ਦੇ ਉੱਤੇ। ਹਾਂਜੀ, ਸਿੰਘਣ ਸ਼ਤਾਬੀ ਚੱਕਿਓ ਪਾਵ, ਸਿੰਘਾਂ ਨੇ ਫੁਰਤੀ ਨਾਲ ਪੈਰ ਚੁੱਕਿਆ ਜਾ ਕੇ, ਸਤਿਗੁਰ ਆਪਣੋ ਕਾਜ ਸਵਾਰੇ, ਆਹਾ ਕਹਿੰਦੇ ਸਤਿਗੁਰਾਂ ਨੇ ਆਪਣੇ ਕੰਮ ਆਪ ਹੀ ਸਵਾਰ ਦਿੱਤੇ। ਓਏ ਕਰ ਦੇਨੇ ਦਿਸ਼ਟ ਅੰਧਾਰੇ, ਅੰਨੇ ਹੀ ਕਰ ਦਿੱਤੇ ਤੁਰਕ, ਪਤਾ ਹੀ ਨਹੀਂ ਲੱਗਾ ਵੀ ਮੌਤ ਬੂਹੇ ਤੇ ਆ ਗਈ ਹੈ। ਦੋਹਰਾ ਦੋ ਸਿੰਘ ਤਹ ਜਾ ਪੁੱਜੇ, ਜਹ ਬਾਜੈ ਮਿਰਦੰਗ, ਜਿੱਥੇ ਮਿਰਦੰਗ ਤਬਲਾ ਸਾਰੰਗੀ ਵੱਜ ਰਹੀ ਸੀ, ਨਾਚ ਗਾਣਾ ਹੋ ਰਿਹਾ ਸੀ, ਉੱਥੇ ਪਹੁੰਚ ਗਏ। ਕੱਢ ਸਿਰੋਹੀ ਸਿਰ ਦਈ ਮੱਸੇ ਕੋ ਨਿਰਸੰਗ, ਸਰੋ ਦੇਸ਼ ਦੀ ਬਣੀ ਫੁਲਾਦੀ ਸਰੋਹੀ ਤਲਵਾਰ ਭਾਈ ਮਹਤਾਬ ਸਿੰਘ ਨੇ ਇਸ ਤਰ੍ਹਾਂ ਹੀ ਝਾੜ ਦਿੱਤੀ ਮੱਸੇ ਦੇ ਸਿਰ ਦੇ ਉੱਤੇ। ਕਿਉ ਭਾਈ ਮੱਸੇ ਕੋ ਇਮ ਸੀਸ ਉਤਾਰਿਓ, ਵਾਰ ਐਸਾ ਭਰਵਾਂ ਕੀਤਾ ਮੱਸੇ ਦਾ ਸਿਰ ਉਹ ਲਾ ਸੁੱਟਿਆ। ਬੋਲੇ ਸੋ ਨਿਹਾਲ, ਜਾਣ ਕਰ ਬੇਲੋ ਕਦੂਆ ਟਾਰਿਓ, ਜਿਵੇਂ ਵੱਡਾ ਸਾਰਾ ਕੱਦੂ ਬੇਲ ਨਾਲੋਂ ਤੋੜ ਕੇ ਸੁੱਟ ਦਈਦਾ ਨਾ, ਏਦਾਂ ਦਵਾਣੇ ਵਰਗਾ ਸਿਰ ਲਾ ਕੇ ਮਾਰਿਆ ਪਰੇ। ਉਤੋਂ ਜੋ ਜੇਵਰ ਤਾ ਕੇ ਦੁਆਰੇ, ਜਿੰਨੇ ਕੁ ਉਹਨੇ ਸੋਨੇ ਦੇ ਗਹਿਣੇ ਪਾਏ ਹੋਏ ਸੀ, ਬੜੇ ਮਤਸਰ ਬੜਾ ਤਗੜਾ ਚੌਧਰੀ ਸੀਗਾ, ਕਿਲੋ ਦੇ ਉਹਨੇ ਸੋਨਾ ਹੀ ਗਲ ਚ ਪਾਇਆ ਹੋਇਆ ਸੀਗਾ, ਭਾਈ ਸੁੱਖਾ ਸਿੰਘ ਨੇ ਸੋਨਾ ਲਾ ਲਿਆ ਸਾਰਾ। ਦੂਜੇ ਸਿੰਘ ਸੋ ਲਇਓ ਉਤਾਰੇ, ਫਟਾਫਟ ਸੋਨਾ ਲਾ ਕੇ ਤਲਵਾਰ ਉਹਨੇ ਵੀ ਥੱਲਿਓ ਕੱਢ ਲਈ। ਕਉ ਲਾਉ ਸ਼ੋਰ ਭਇਓ ਅਤ ਭਾਰੀ, ਜਿਹੜੇ ਪੰਜ ਚਾਰ ਉੱਥੇ ਨੇੜੇ ਬੈਠੇ ਝਟਕ ਦਿੱਤੇ ਤੇ ਬਾਕੀ ਜਿਹੜੇ ਖੂਹ ਸਰੋਵਰ ਛਾਲਾਂ ਮਾਰ ਕੇ ਭੱਜ ਗਏ। ਫਿਰ ਘੋੜਨ ਚੜ ਕਰੀ ਸਵਾਰੀ, ਤੇ ਸਿਰ ਲੈ ਕੇ ਮੱਸੇ ਦਾ ਜਦੋਂ ਬਾਹਰ ਨੂੰ ਦੌੜੇ ਨਾ ਤੇ ਉਹ ਜਿਹੜਾ ਪਹਿਰੇਦਾਰ ਖੜਾ ਸੀ ਉਹਨੇ ਆਖਿਆ ਇਹ ਕੀ ਹੋ ਗਿਆ, ਇਹ ਤਾਂ ਕੁਝ ਹੋਰ ਹੀ ਗੱਲ ਹੈ। ਉਹ ਦੌੜਨ ਲੱਗਾ ਤੇ ਭਾਈ ਮਹਤਾਬ ਸਿੰਘ ਕਹਿੰਦੇ ਲੈ ਜਾ ਹਿੱਸਾ ਤੂੰ ਵੀ, ਕਹਿੰਦਾ ਜੀ ਸਾਰਾ ਚੌਧਰੀ ਨੂੰ ਹੀ ਦੇ ਦਿਓ, ਮੇਰਾ ਕਿ ਮੈਨੂੰ ਕੋਈ ਨਹੀਂ ਕਹਿੰਦਾ, ਤੇ ਮਾਰ ਕੇ ਸ਼ਾਲ ਸਿੰਘ ਘੋੜਿਆਂ ਤੇ ਸਵਾਰ ਹੋ ਗਏ। 600 ਘੋੜੇ ਰਲ ਗਏ ਝੱਲ, ਘੋੜੇ ਛੇੜ ਕੇ ਸਿੰਘ ਜੰਗਲ ਚ ਚਲੇ ਗਏ। ਇਸ ਵਿਦ ਭਈ ਮੱਸੇ ਕੀ ਗੱਲ, ਇਸ ਤਰ੍ਹਾਂ ਮੱਸੇ ਦੀ ਗੱਲ ਹੋਈ, ਮੱਸਾ ਏਦਾਂ ਮਾਰਿਆ ਸਿੰਘਾਂ ਨੇ। ਕਿਤਕ ਦੇਰ ਕਰ ਰੌਲਾ ਭਇਓ, ਜਦੋਂ ਅੱਧਾ ਘੰਟਾ ਲੰਘ ਗਿਆ ਤੇ ਫੇਰ ਸੋਝੀ ਜੀ ਆਈ ਵੀ ਕੀ ਭਾਣਾ ਵਰਤ ਗਿਆ, ਪਹਿਲਾਂ ਤੇ ਪਤਾ ਹੀ ਨਾ ਲੱਗਾ, ਕਈ ਤੇ ਡਰ ਦੇ ਮਾਰੇ ਓਦਾਂ ਹੀ ਹੌਲ ਕੇ ਡਿੱਗੇ ਪਏ ਰਹੇ, ਤੇ ਕਈ ਬਹੁਤੇ ਦੇ ਝੜਕ ਦਿੱਤੇ, 7-8 ਬੰਦੇ ਤਾਂ ਉਸੇ ਪਾਰ ਬੁਲਾ ਦਿੱਤੇ, ਉਹ ਬੇਸ਼ਵਾ ਵੀ ਝੜਕ ਦਿੱਤੀ, ਜਿਹੜੇ ਉਹ ਦੂਜੇ ਤੀਜੇ ਸਾਰੰਗੀ ਸੁਰੰਗੀ ਵਾਲੇ ਉਹ ਵੀ ਪਾਰ ਗਏ, ਜਿਹੜੇ ਕੋਈ ਬਚ ਗਏ ਉਹਨਾਂ ਦੀ ਉਂਝ ਹੋਸ਼ ਮਾਰੀ ਗਈ ਵੀ ਬਣ ਕੀ ਗਿਆ, ਪਤਾ ਹੀ ਨਹੀਂ ਲੱਗਾ ਵੀ ਕੀ ਹੋਇਆ, ਕਿੱਥੋਂ ਆਏ ਫਰੇਸ਼ ਦੇ ਅਸਮਾਨ ਤੋਂ ਤੇ ਕਿਵੇਂ ਲੈ ਕੇ ਨਿਕਲ ਵੀ ਗਏ। ਅੱਧੇ ਕੁ ਘੰਟੇ ਬਾਅਦ ਹਾਹਾਕਾਰ ਜੀ ਮੱਚ ਗਈ, ਸਿਖਰ ਦੁਪਹਿਰੇ ਸੁਣਤ ਕਿਛ ਦਇਓ, ਬੇਗਮ ਮੱਸੇ ਦੀ ਰੌਲਾ ਪਾਉਂਦੀ ਹੋਈ ਆਈ, ਰੋਣ ਪਿੱਟਣ ਲੱਗ ਪਈ, ਥੀ ਪਹਿਲੋਂ ਕਿਨ ਕਾਠੀ ਨਾ ਪਾਈ, ਕਿਉਂਕਿ ਉਹ ਤਾਂ ਵਿਚਾਰੇ ਬੜੇ ਆਰਾਮ ਨਾਲ ਹੁੱਕੇ ਹਾਕੇ ਪੀ ਕੇ ਪਏ ਸੀ, ਘੋੜਿਆਂ ਦੇ ਕਾਠੀ ਕਿਸੇ ਨੇ ਪਾਈ ਨਹੀਂ ਸੀ, ਉਹਨਾਂ ਨੂੰ ਕੀ ਪਤਾ ਸੀ ਵੀ ਦੁਪਹਿਰ ਨੂੰ ਕੰਮ ਹੋਣਾ ਤੇ ਸਾਨੂੰ ਕਾਠੀਆਂ ਤੁਰਤ ਪਾਣੀਆਂ ਪੈਣੀਆਂ। ਹੁਣ ਘੋੜੇ ਦੇ ਕਾਠੀ ਪਾਉਂਦਿਆਂ 5-7 ਮਿੰਟ ਤਾਂ ਲੱਗਦੇ ਹੀ ਹੈ ਨਾ, ਭਾਵੇਂ ਕਿੰਨਾ ਫੁਰਤੀਲਾ ਹੋਵੇ ਬੰਦਾ, ਘੋੜਾ ਖੋਲਣਾ ਉਹਨੂੰ ਕੱਸਣਾ ਬੰਨਣਾ ਕਰਦੇ ਕਹਿੰਦੇ 5-7 ਮਿੰਟ 10 ਮਿੰਟ ਮੂਲ ਹੀ ਲੱਗ ਜਾਂਦੇ ਆ, ਤੇ ਉਹ ਇੱਕ ਦੂਜੀ ਨੂੰ ਆਵਾਜ਼ਾਂ ਮਾਰਦੇ ਮਾਰਦੇ ਤਿਆਰ ਹੋ ਜਾਓ ਤਿਆਰ ਹੋ ਜਾਓ ਤਿਆਰ ਹੋ ਜਾਓ, ਘੰਟਾ ਸਵਾ ਘੰਟਾ ਲੰਘ ਜਾਂਦਾ, ਇੰਨੇ ਨੂੰ ਸਿੰਘ ਪਤਾ ਨੀ ਕਿੱਥੇ ਦੀ ਕਿਤੇ ਪਹੁੰਚ ਗਏ। ਹਾਂਜੀ, ਹੁਣ ਮਨ ਚਿੰਤਾ ਥੀ ਨਹੀਂ ਕਾਈ, ਉਹਨਾਂ ਨੂੰ ਕੀ ਚਿੰਤਾ ਸੀ ਵੀ ਸਾਡੇ ਨਾਲ ਏਦਾਂ ਭਾਣਾ ਵਰਤੇਗਾ, ਉਹਨਾਂ ਨੂੰ ਕੋਈ ਚਿੱਤ ਚੇਤਾ ਵੀ ਨਹੀਂ ਸੀਗਾ। ਰਹਿਤ ਹੋਤੀ ਤੇ ਬਹੁਤੀ ਫੌਜ, ਉਸ ਵੇਲੇ ਖਾਲਸਾ ਜੀ ਤੁਰਕਾਂ ਦੀ ਜਿਹੜੀ ਫੌਜ ਸੀਗੀ ਉੱਥੇ ਰਹਿੰਦੀ ਬਹੁਤ ਸਾਰੀ, ਰਹੇ ਬਹੁਤ ਗਾਫਲ ਕਰ ਮੌਜ, ਉਹ ਸ਼ਰਾਬਾਂ ਕਬਾਬਾਂ ਚ ਗਫਲ ਹੋਏ ਪਏ ਸੀ, ਉਹਨਾਂ ਨੂੰ ਇਹ ਸੀ ਵੀ ਸਿੰਘ ਤਾਂ ਮਰ ਮੁੱਕ ਗਏ, ਹੁਣ ਕਿਹਨੇ ਸਾਨੂੰ ਆ ਕੇ ਕੁਝ ਕਹਿਣਾ ਹੈ। ਹਾਂਜੀ, ਅਲਸਾਨੇ ਦੁਪਹਿਰੇ ਮਾਹੇ, ਫਿਰ ਦੁਪਹਿਰ
ਅਸੀਂ ਗਰਮੀ ਸੀ ਆਲਸ ਕਰਕੇ ਪਏ ਸੀ ਦਰਖਤਾਂ ਥੱਲੇ ਕੋਈ ਕਿਤੇ ਕਮਰਿਆਂ ਵਿੱਚ ਕੋਈ ਸ਼ਰਦਖਾਨਿਆਂ ਵਿੱਚ ਜਿੱਥੇ ਕਿਸੇ ਨੂੰ ਥਾਂ ਮਿਲੀ ਸੁੱਤੇ ਪਏ ਸੀਗੇ ਨੀਂਦ ਦਬਾਏ ਫਿਰਦੇ ਸੀ ਘੋੜੇ ਖੋਲਣ ਲੱਗਿਆਂ ਰੱਸੇ ਹੱਥ ਕੰਬਣ ਉਹਨਾਂ ਦੇ ਵੀ ਹੁਣ ਕੀ ਬਣ ਗਿਆ ਸੀ ਇੱਥੇ ਹੋ ਕੀ ਗਿਆ ਘੋੜੇ ਖੋਲ ਕੇ ਜਾਣ ਕਿੱਧਰ ਇਹ ਵੀ ਪਤਾ ਨਹੀਂ ਹੈ ਦੋਹਰਾ ਕਾਠੀ ਪਾਏ ਹਥਿਆਰ ਲੈ ਤਾਉ ਲਓ ਸਿੰਘ ਗਏ ਦੂਰ ਜਿੰਨੇ ਚਿਰ ਨੂੰ ਤੁਰਕਾਂ ਨੇ ਕਾਠੀਆਂ ਪਾਈਆਂ ਘੋੜੇ ਕੱਸੇ ਉਹਨੇ ਚਿਰ ਨੂੰ ਸਿੱਖ ਪਤਾ ਨੀ ਕਿਤੇ ਨੀ ਕਿਤੇ ਦੂਰ ਜੰਗਲ ਨੂੰ ਚਲੇ ਗਏ ਮਾਰਿਓ ਸੁਣ ਫੌਜਦਾਰ ਕੋ ਹਾਰੇ ਦੁਖੀ ਬੇਸੂਰ ਸਹਿਦਾਰ ਮਾਰਿਆ ਗਿਆ ਜਗ ਮੱਸਾ ਰੰਗੜ ਮੰਡਿਆਲੇ ਦਾ ਚੌਧਰੀ ਸਾਰੇ ਪਾਸੇ ਪੰਜਾਬ ਚ ਹਾਹਾਕਾਰ ਮਚੀ ਜਕਰੀਏ ਖਾਂ ਦੇ ਨਾਲ ਇਹ ਜਾ ਕੇ ਇਹਦੀ ਬੇਗਮ ਨੇ ਤੇ ਰੋਣਾ ਪਿੱਟਣਾ ਕੀਤਾ ਇਹਦੀ ਲਾਸ਼ ਲੈ ਕੇ ਚੱਕ ਕੇ ਸਿਰ ਕੋਈ ਨੀ ਕਹਿੰਦੇ ਸਾਡੇ ਕਾਤਲ ਫੜਾਓ ਤੇ ਫਿਰ ਜਕਰੀਏ ਨੇ ਹੋਰ ਸਖ਼ਤ ਦੌਰ ਕੀਤਾ ਉਹ ਕਥਾ ਆਪਾਂ ਅਗਲੇ ਪ੍ਰਕਰਣਾਂ ਵਿੱਚ ਸੁਣਾਂਗੇ ਸਮੇਂ ਦੇ ਲਿਹਾਜ ਨਾਲ ਸਮਾਪਤੀ ਹੈ ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ ਹੇ ਸਮਰੱਥ ਅਗੰਮ ਪੂਰਨ ਮੋਹਿ ਮਾਇਆ ਧਾਰ ਅੰਧਕੂਪ ਮਹਾ ਭਿਆਨ ਨਾਨਕ ਪਾਰ ਉਤਾਰ ਆਏ ਪ੍ਰਭ ਸਰਨਾਗਤੀ ਕਿਰਪਾ ਨਿਦ ਦਇਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਸ਼ਰਧਾ ਵਾਲੀ ਦੀ ਗੱਲ ਹੈ 1740 ਵਿੱਚ ਸਿੱਖ ਨਾਂ ਦੀ ਚੀਜ਼ ਪੰਜਾਬ ਚੋਂ ਲੱਭਣੀ ਔਖੀ ਹੋ ਗਈ ਜਕਰੀਆ ਖਾਂ ਦਹਾੜਦਾ ਫਿਰਦਾ ਸੀ ਦੇਖੋ ਮੈਂ ਉਸੇ ਖਤਮ ਕਰ ਦਿੱਤੇ ਹੈ ਕੋਈ ਨਹੀਂ ਰਹਿਣ ਦਿੱਤਾ ਸਿਰ ਪਰ ਹੋਵੇ ਜਿਸਕੇ ਕੇਸ ਰਹਿਣ